ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਮ ਸੰਤਨ ਕੀ ਰੇਨ ਪਿਆਰੇ ਅਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾੜੀ ਸੰਤ ਹਮਾਰਾ ਗਹਿਣਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਣ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਸ਼ਰਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਜੜ ਸਚਾ ਪਾਤ ਸਾਹੋ ਸ਼ਿਰਸਾ ਹਾਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੜੰਦਾ ਲੋੜੀਏ ਜਿਸ ਅਗੈ ਸਭ ਨਿਵਾਨ ਹਰ ਸੱਜਣ ਦਾ ਮਨ ਲਗਿਆ ਕਿਸੈ ਨਾਂ ਦੇ ਬੰਨ ਜੋ ਰੰਗਾਂ ਲੋੜੀਏ ਪਤਿਤ ਪਾਪੁਲ ਭਗਤ ਵਦਸ਼ਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਾਕਤ ਛਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸ਼ਰਬਤ ਸੰਗਤ ਰਸਨਾ ਕਰੋ ਪਵਿੱਤਰ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਦਰੋਂ ਘਰੋ ਵਰੋ ਸੋਏ ਹੋਏ ਮਹਾਪੁਰਸ਼ ਤੰਦ ਬਾਬਾ ਜਵਾਰਦਾਸ ਜੀ ਜਿਹੜੇ ਮਹਾਤਮਾ ਸਤਪੁਰਖ ਮਹਾਪੁਰਸ਼ ਜਿੰਨਾ ਮਹਾਤਮਾ ਬਾਰੇ ਗੁਰਬਾਣੀ ਕਹਿੰਦੀ ਐ ਸਾਧ ਕੀ ਬਹਿਮਾ ਬੇਦ ਨਾ ਜਾਦੈ ਇਹੋ ਜੇ ਮਹਾਪੁਰਸ਼ ਜੇ ਕਿਤੇ ਦੇਖਣੇ ਹੋਣ ਜਾਂ ਜਾਣਣਾ ਹੋਵੇ ਕਿ ਸੰਸਾਰ ਦੇ ਵਿੱਚ ਐਸਾ ਕੋਈ ਮਹਾਪੁਰਸ਼ ਪਰਮਾਤਮਾ ਦੇ ਵਰਵ ਸੋਏ ਹੋਏ ਸੰਤਾਂ ਸਾਧੂਆਂ ਦੇ ਵਿੱਚੋਂ ਕੋਈ ਹੋਇਆ ਤਾਂ ਇਹਦੇ ਵਿੱਚ ਕੋਈ ਆਤਕਥ ਨਹੀਂ ਨਹੀਂ ਇਹਦੇ ਵਿੱਚ ਸਾਰਾ ਇਲਾਕਾ ਹੀ ਹੁਸ਼ਿਆਰਪੁਰ ਦਾ ਜਲੰਧਰ ਦਾ ਦੇਸ਼ ਪਰਦੇਸ ਵਿੱਚ ਬੈਠੀਆਂ ਸੰਗਤਾਂ ਜਾੜ ਦੀ ਗਾਹ ਦੇ ਕਿ ਵਾਕਿਆ ਹੀ ਐਸੇ ਮਹਾਤਮਾ ਸੀ ਐਸੇ ਸੰਤ ਸੀ ਜਿਨ੍ਹਾਂ ਬਾਰੇ ਸੁਖਮਣੀ ਸਾਹਿਬ ਦੇ ਵਿੱਚ ਦਰਜ ਹੈ ਸਾਧਕੀ ਮਹਿਮਾ ਬੇਦ ਨਾ ਜਾਣੈ ਐਸੇ ਮਹਾਪੁਰਸ਼ ਧੰਨ ਬਾਬਾ ਜਵਾਰਦਾਸ ਜੀ ਜਗਤ ਗੁਰੂ ਆਪ ਨਾਰਾਇਣ ਧੰਨ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਤੇਨਾ ਦੇ ਵੱਡੇ ਸਹਿਬਜਾਦੇ ਸਿੱਧਪੁਰਖ ਪਰਮ ਪੂਜਨੀਕ ਧੰਨ ਬਾਬਾ ਸ੍ਰੀ ਚੰਦ ਸਾਹਿਬ ਮਹਾਰਾਜ ਦੀ ਚਲਾਈ ਹੋਈ ਉਦਾਸੀ ਸੰਪਰਦਾ ਉਸ ਸੰਪਰਦਾਏ ਦੇ ਇਹ ਮਹਾਪੁਰਸ਼ ਹਨ ਧੰਨ ਬਾਬਾ ਜਵਾਰਦਾਸ ਜੀ ਐਸੇ ਸਤਪੁਰਖ ਐਸੇ ਮਹਾਪੁਰਖ ਗੁਰਬਾਣੀ ਦੇ ਮੁਤਾਬਕ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਆਉਂਦੇ ਕਾਲਯੁਗ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਵੀ ਕੁਝ ਰੂਹਾਂ ਭੇਜਦਾ ਹੈ ਜਿਹੜੀਆਂ ਨਿਰੰਕਾਰ ਨਾਲੋਂ ਤੋੜਨ ਨੂੰ ਆਉਂਦੀਆਂ ਨੇ ਨਿਰੰਕਾਰ ਦੀਆਂ ਜਿਹੜੀਆਂ ਸ਼ਕਤੀਆਂ ਨੇ ਵਾਹਿਗੁਰੂ ਪਰਮੇਸ਼ਰ ਵੀ ਐਸੀਆਂ ਰੂਹਾਂ ਭੇਜਦਾ ਹੈ ਜਿਹੜੀਆਂ ਸੰਸਾਰ ਦੇ ਵਿੱਚ ਆਣ ਕੇ ਉਸ ਦੇ ਨਾਲ ਲੋਕਾਂ ਨੂੰ ਸੰਸਾਰ ਨੂੰ ਜੋੜ ਕੇ ਤੇ ਸੰਸਾਰ ਦਾ ਬੇੜਾ ਪਾਰ ਕਰ ਦਿੰਦੀਆਂ ਐਸੀਆਂ ਹਸਤੀਆਂ ਵਿੱਚੋਂ ਧੰਨ ਬਾਬਾ ਜਵਾਰ ਅਰਦਾਸ ਜੀ ਮਹਾਰਾਜ ਐਸੇ ਮਹਾਪੁਰਸ਼ ਹੋਏ ਨੇ ਕਹਬੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਣ ਵਾਲੀ ਇੱਥੇ ਬਰਕਤ ਜਿਹੜੀ ਹੈ ਉਹ ਵਰਤਦੀ ਹੈ ਸਮੁੱਚੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਇਸ ਪਵਿੱਤਰ ਸਥਾਨ ਦੀ ਸੇਵਾ ਨਗਰ ਸੂਸ ਪਿੰਡ ਦੀ ਸੰਗਤ ਵੱਲੋਂ ਪੰਚਾਇਤ ਵੱਲੋਂ ਕਮੇਟੀ ਵੱਲੋਂ ਇਹ ਸੇਵਾ ਦੰਦਬਈ ਟਕਸਾਲ ਜਿਹੜੀ ਪੰਥ ਦੀ ਸਰਮੋਰ ਜਥੇਬੰਦੀ ਹੈ ਸ਼ਸਤਰ ਤੇ ਸ਼ਾਸਤਰ ਦਾ ਪ੍ਰਚਾਰ ਕਰਨ ਵਾਲੀ ਹੈ ਉਸ ਸੰਪਰਦਾਏ ਨੂੰ ਸਮੁੱਚੇ ਹੀ ਇਲਾਕੇ ਦੇ ਨਗਰ ਪੰਚਾਇਤ ਦੇ ਕਮੇਟੀ ਨੇ ਬੜੇ ਪ੍ਰੇਮ ਦੇ ਨਾਲ ਦਿੱਤੀ ਦੰਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਦਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਨੇ ਆਪਣਾ ਫਰਜ਼ ਸਮਝਦੇ ਹੋਏ ਜੋ ਇਸ ਸਥਾਨ ਤੇ ਦੋ ਮਹਾਨ ਜੋੜ ਮੇਲੇ ਮਨਾਏ ਜਾਂਦੇ ਸਨ ਪਹਿਲਾ ਜੋੜ ਮੇਲਾ ਜੇਠ ਦੀ ਸੰਗਰਾਦ ਜਿਹਨੂੰ ਆਪਾਂ ਨਿਸ਼ਾਨ ਸਾਹਿਬ ਦਾ ਜੋੜ ਮੇਲਾ ਕਹਿੰਦੇ ਜਿਸ ਦੇ ਦਰਸ਼ਨ ਕਰਨ ਵਾਸਤੇ ਦੇਸ਼ਾਂ ਚੋਂ ਪਰਦੇਸਾਂ ਦੇ ਵਿੱਚੋਂ ਸੰਗਤ ਕਾਮੋ ਧੰਦੇ ਸੰਕੋਚ ਦੇ ਹੋਏ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਵੀ ਸੰਗਤਾਂ ਪਹੁੰਚ ਦਿਗਿਆ ਦੇ ਬੜਾ ਭਾਰੀ ਜੋਰ ਮੇਲਾ ਲੱਗਦਾ ਹੈ ਦੂਸਰਾ ਜੋੜ ਮੇਲਾ ਹੈ ਧੰਨ ਬਾਬਾ ਜਵਾਰਦਾਸ ਜੀ ਦਾ ਸਾਲਾਨਾ ਵਰਸੀ ਸਮਾਗਮ ਜੋ ਪਿਛਲੇ ਸਾਲ ਦੋਵੇਂ ਜੋੜ ਮੇਲੇ ਦਮਦਵੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਬ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਨਗਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਨਾਲ ਮਨਾਏ ਗਏ ਤੇ ਆਪ ਜੀ ਜਾਣਦੇ ਵੀ ਹੋ ਕਿ ਧੰਨ ਬਾਬਾ ਜਵਾਰਦਾਸ ਜੀ ਉਹਨਾਂ ਨੇ ساری ਉਮਰ ਸੇਵਾ ਤੇ ਸਿਮਰਨ ਦੇ ਵਿੱਚ ਬਤੀਤ ਕੀਤੀ। ਜਾਲ ਪਿਉਣ ਦੀ ਪਾਣੀ ਪਿਉਣ ਦੀ ਸੇਵਾ ਕਰਦੇ ਹੁੰਦੇ ਸੀ। ਤਾਂ ਬਾਬਾ ਜੀ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਸੰਤ ساری ਉਮਰ ਪਾਣੀ ਪਿਉਣ ਦੀ ਸੇਵਾ ਕਰਦੇ ਰਹੇ। ਤੇ ਕਿਉਂ ਨਾ ਕੋਈ ਇਹੋ ਜਿਹਾ ਪਰਾਲਾ ਹੋਵੇ। ਇਹ ਤੁਸੀਂ ਦੇਖਦੇ ਹੋ ਵੀ ਦਿਨ-ਬਦਨ ਵਾਤਾਵਰਨ ਜਿਹੜਾ ਉਹ ਬਦਲਦਾ ਜਾ ਰਿਹਾ ਹੈ। ਪਾਣੀ ਦੀ ਕਮੀ ਜਿਹੜੀ ਹੈ ਦਿਨ-ਬਦਨ ਧਰਤੀ ਵਿੱਚੋਂ ਵੇਚਾ ਰਹੀ ਹੈ, ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਤੇ ਗਰੀਬ ਜਿਹੜਾ ਤਬਕਾ ਹੈ ਉਹਦੇ ਵਾਸਤੇ ਬਹੁਤ ਕਠਿਨਾਈ ਹੋ ਜਾਂਦੀ ਹੈ। ਵੀ ਕੁਝ ਨਾ ਕੁਝ ਹਿੱਸਾ ਇਸ ਪਵਿੱਤਰ ਸਥਾਨ ਦਾ ਪਵੇ ਤਾਂ ਮਾਪੁਰਖਾਂ ਨੇ ਉਪਰਾਲਾ ਕੀਤਾ ਧੰਨ ਬਾਬਾ ਜਵਾਰਦਾਸ ਜੀ ਵਹਿੰਗੀ ਆਪਣੇ ਮੋਢਿਆਂ ਤੇ ਪਾ ਕੇ ਚੁੱਕ ਕੇ ਪਿੰਡਾਂ ਪਿੰਡਾਂ ਚ ਕਈ ਕਈ ਕਿਲੋਮੀਟਰ ਤੱਕ ਪਾਣੀ ਪਿਆਉਣ ਜਾਂਦੇ ਸੀ ਤਾਂ ਮਾਪੁਰਖਾਂ ਨੇ ਤਿਨਾਂ ਦੀ ਯਾਦ ਵਿੱਚ ਪੰਜ ਪਾਣੀ ਦੀਆਂ ਟੈਂਕੀਆਂ ਇਲਾਕੇ 'ਚ ਦਿੱਤੀਆਂ ਇਲਾਕੇ 'ਚ ਵੰਡੀਆਂ ਗਈਆਂ ਕਿ ਇਹਨਾਂ ਨੂੰ ਵਰਤ ਤਾ ਉਸ ਤੋਂ ਪ੍ਰੰਤ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਬੜਾ ਭਿਆਨਕ ਤੇ ਬੜਾ ਹੀ ਦੁਖਦਾਈ ਚੱਲ ਰਿਹਾ ਹੈ ਇਸ ਵਿੱਚ ਅਸਾਧ ਰੋਗ ਜਿਹੜਾ ਅਜੇ ਤੱਕ ਸਾਧਿਆ ਨਹੀਂ ਗਿਆ ਕਿਸੇ ਤੋਂ ਜਿਹਨੂੰ ਕਰੋਨਾ ਵਾਇਰਸ ਮਹਾਮਾਰੀ ਦਾ ਨਾਮ ਦਿੱਤਾ ਗਿਆ ਹੈ ਵੈਸੇ ਤੇ ਬੰਦੇ ਦੇ ਕਰਮਾਂ ਦਾ ਫਲ ਬੰਦੇ ਨੂੰ ਮਿਲਦਾ ਹੈ ਕੋਈ ਮਾੜਾ ਕਰਮ ਕਰੇ ਉਹਨੂੰ ਮਾੜਾ ਫਲ ਮਿਲਦਾ ਹੈ ਚੰਗਾ ਕਰੇ ਉਹਨੂੰ ਚੰਗਾ ਮਿਲਦਾ ਹੈ ਪਰ ਇਹ ਮਹਾਮਾਰੀ ਸਾਰੇ ਸੰਸਾਰ ਦੇ ਵਿੱਚ ਹੀ ਫੈਲ ਗਈ ਤਾਂ ਮਤਲਬ ਸਾਰਾ ਸੰਸਾਰ ਹੀ ਪਰਮੇਸ਼ਰ ਤੋਂ ਬੇਮੁਖ ਹੋ ਰਿਹਾ ਪਾਪੀ ਹੋ ਰਿਹਾ ਹੈ ਮਾੜੇ ਕਰਮਾਂ 'ਚ ਪ੍ਰਵਿਰਤ ਹੋ ਰਿਹਾ ਹੈ ਇੱਕ ਗੱਲ ਅਸੀਂ ਮੰਨੀਏ ਭਾਵੇਂ ਨਾ ਮੰਨੀਏ ਗੁਰਬਾਣੀ ਨੇ ਡੰਕੇ ਦੀ ਚੋੜ ਤੇ ਕਿਹਾ ਸੀ ਵੀ ਸੱਜਣਾ ਜਿਹੜਾ ਵੀ ਰੱਬ ਨੂੰ ਭੁੱਲੂਗਾ ਰੋਗ ਉਹਨੂੰ ਚਿੰਬੜੂਗਾ ਸਤਿਗੁਰੂ ਦੇ ਬਚਨ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਇਸ ਦਾ ਮਤਲਬ ਇਹ ਹੈ ਕਿ ਸੰਸਾਰ ਬੇਮੁਖ ਹੋਈ ਜਾ ਰਿਹਾ RAM ਤੋਂ ਸੰਸਾਰ ਪਰਮੇਸ਼ਰ ਨੂੰ ਭੁੱਲੀ ਜਾ ਰਿਹਾ ਹੈ ਜਿਸ ਕਰਕੇ ਸਾਰੇ ਸੰਸਾਰ ਦਾ ਇੱਕ ਸਾਂਝਾ ਕਰਮ ਬਣ ਗਿਆ ਹੈ ਪਰਮੇਸ਼ਰ ਨੂੰ ਭੁੱਲਣਾ ਬੇਮੁਖ ਹੋਣਾ ਪਾਪ ਕਰਦਾ ਇਸ ਕਰਕੇ ਸਾਰੇ ਸੰਸਾਰ ਨੂੰ ਇਹ ਸਜ਼ਾ ਮਿਲ ਰਹੀ ਨਹੀਂ ਤੇ ਵੈਸੇ ਤਾਂ ਜਿਹੜਾ ਕਰੇ ਉਹਨੂੰ ਹੀ ਮਿਲਦੀ ਹੈ ਪਰ ਜਦੋਂ ਕਰਮ ਸਾਂਝਾ ਹੋ ਜੇ ਫਿਰ ਫਲ ਵੀ ਸਾਂਝਾ ਹੀ ਮਿਲਦਾ ਹੈ ਸਾਰਿਆਂ ਇਸ ਮਹਾਮਾਰੀ ਦੇ ਚਲਦਿਆਂ ਇਹ ਜਿਹੜਾ ਮਹਾਨ ਜੋੜ ਮੇਲਾ ਸੀ ਨਾ ਜਿੱਥੇ ਲੱਖਾਂ ਦਾ ਇਕੱਠ ਹੁੰਦਾ ਸੀ ਤੁਸੀਂ ਦੇਖਿਆ ਹੀ ਐ ਸਾਰਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਰਜੀ ਦਿੱਤੀ ਗਈ ਸੀ ਵੀ ਗੁਰਮਤਾ ਹੈ ਸੰਗਤ ਦਾ ਮਹਾਂਪੁਰਸ਼ਾਂ ਦਾ ਕਿ ਜੋੜ ਮੇਲਾ ਮਨਾਉਣ ਵਾਸਤੇ ਜਿਆਦਾ ਨਹੀਂ ਤੇ 150 ਸਿੱਖਾਂ ਦੀ ਸੰਗਤ ਦੀ ਆਗਿਆ ਦਿੱਤੀ ਜਾਵੇ ਪਰ ਪ੍ਰਸ਼ਾਸਨ ਦੇ ਹੱਥ ਖੜੇ ਹੋ ਗਏ ਉਹਨਾਂ ਆਖਿਆ ਜੀ ਇਹ ਜੋੜ ਮੇਲਾ ਏਡਾ ਵੱਡਾ ਵਾ ਜਿੰਨੂੰ ਵੀ ਦੇਤੀ ਬਾਕੀ ਸਾਰਿਆਂ ਧਰਨੇ ਤੇ ਬਹਿ ਜਾਣਾ ਵੀ ਦੋ ਜ਼ਿਲ੍ਹੇ ਇੱਥੇ ਇਕੱਠੇ ਹੁੰਦੇ ਤੇ ਅਸੀਂ ਤੇ ਪੰਜ ਪਿਆਰਿਆਂ ਨੂੰ ਆਗਿਆ ਨਹੀਂ ਦੇ ਰਹੇ ਅੰਮ੍ਰਿਤ ਛਕਾਉਣ ਦੀ ਤੁਸੀਂ ਕਹਿੰਨੇ ਆ 150 200 ਬੰਦੇ ਦੀ ਆਗਿਆ ਦੇ ਦਿਓ ਨਿਸ਼ਾਨ ਸਾਹਿਬ ਚੜ੍ਹਾ ਲਈਏ ਵੀ ਸਾਡੀ ਬੇਨਤੀ ਹੈ ਵੇ ਸਾਡੇ ਹੱਥ ਖੜੇ ਆ ਕਾਨੂੰਨ ਅਗੇ ਤਾਂ ਪ੍ਰਸ਼ਾਸਨ ਦੀ ਫਿਰ ਪਰਮਿਸ਼ਨ ਨਾ ਮਿਲਣ ਕਰਕੇ ਬਾਬਾ ਜੀ ਦੇ ਮਨ ਦੇ ਵਿੱਚ ਆਇਆ ਵੀ ਸੰਗਤ ਜਿਹੜੀ ਮਾਹ ਪੁਰਖਾਂ ਦੀ ਪ੍ਰੇਮੀ ਹੈ ਅਗਲੇ ਤਾਂ ਕਨੇਡਾ 'ਚ ਉਹ ਆ ਜਾਂਦੇ ਅਮਰੀਕਾ 'ਚ ਉਹ ਆ ਜਾਂਦੇ ਪਿਛਲੇ ਸਾਲ ਤੁਸੀਂ ਦੇਖਿਆ ਵੀ 150 ਤੋਂ ਵੱਧ ਟਰਾਲੀ ਜਿਹੜੀ ਸੀ ਲੰਗਰ ਦੀ ਬਣ ਕੇ ਆਈ ਸੀ ਕਿ ਨਹੀਂ ਆਈ ਸੀ ਤੇ ਜਿਹੜੇ ਪਿੰਡ ਚੋਂ ਲੰਗਰ ਆਇਆ ਉਥੇ ਜਾ ਕੇ ਉਸੇ ਟਰਾਲੀ ਨੂੰ ਬਾਬਾ ਜੀ ਨੇ ਸਰੂਪੇ ਵੀ ਦਿੱਤੇ ਆਪ ਨਾਲੇ ਸ਼੍ਰੀਮਾਨ ਸੰਤ ਬਾਬਾ ਅਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੇ ਟਕਸਾਲ ਤਾਂ ਮਹਾਂਪੁਰਖਾਂ ਨੇ ਫਿਰ ਉਪਰਾਲਾ ਕੀਤਾ ਲਾਈਵ ਦਾ ਕਿ ਭਾਈ ਆਪੋ ਆਪਣੇ ਘਰਾਂ ਚ ਬਹਿ ਕੇ ਇਹ ਨਿਸ਼ਾਨ ਸਾਹਿਬ ਦੇ ਜੋੜ ਮੇਲੇ ਨੂੰ ਘਰਾਂ ਚ ਬਹਿ ਕੇ ਦਰਸ਼ਨ ਕਰੋ ਇੰਟਰਨੈਟ ਰਾਹੀਂ ਟੀਵੀ ਰਾਹੀਂ YouTube ਰਾਹੀਂ ਤੇ ਇਹ ਦਿਨ ਠੀਕ ਹੋਣ ਵਾਹਿਗੁਰੂ ਕਿਰਪਾ ਕਰੇ ਗੁਰੂ ਸਾਹਿਬ ਕਿਰਪਾ ਕਰਨ ਮਹਾਂਪੁਰਸ਼ ਕਿਰਪਾ ਕਰਨ ਅਸੀਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਰੋਗੀ ਕਾ ਪ੍ਰਭ ਖੰਡ ਹੋ ਰੋਗ दुखिए का मिटावो प्रभु शोक ए महामारी हटे गलौं लवे ते संगता फेर संगत दी रह नाल ए जोड मेला बाबा जी दा विचार है के मनाया जावे उसी तरह ही सो गुरु कृपा करे आज ओ निशान साहिब दा जेठ दी संग्रांण दा जोड मेला है ਜਿਹੜਾ ਧੰਨ ਬਾਬਾ ਜਵਾਰਦਾਸ ਜੀ ਦੇ ਸਮੇਂ ਦੇ ਵਿੱਚ ਉਹਨਾਂ ਨੇ ਆਪ ਆਰੰਭ ਕੀਤਾ ਸੀ ਆਪ ਕਿਉਂ ਉਹਨਾਂ ਦੇ ਸੇਵਕ ਸੀ ਗੁਰਮੁਖ ਪਿਆਰੇ ਸ਼ੈਦ ਭਾਈ ਸ਼ੇਰਾ ਸਿੰਘ ਜੀ ਹੋਰ ਵੀ ਸੱਜਣ ਬੇਅੰਤ ਸੇਵਕ ਹੋਏ ਨੇ ਪਿੰਡ ਦੇ ਉਹਨਾਂ ਦੇ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਏਡੇ ਵੱਡੇ ਸੰਤ ਨੇ ਤਿਆਗੀ ਬੜੇ ਨੇ ਬੋਰੀ ਪਾ ਛੱਡਣੀ ਬੋਰੀ ਤੇ ਚੌਂਗੜਾ ਮਾਰ ਕੇ ਬੈਠੇ ਰਹਿਣਾ ਸਿਰ ਤੇ ਬੋਰੀ ਲੈ ਛੱਡਣੀ ਬਰਾਗੀ ਬੜੇ ਨੇ ਐਸੇ ਮਹਾਤਮਾ ਦੀ ਕੋਈ ਯਾਦ ਬਣਾਉਣੀ ਚਾਹੀਦੀ ਕੋਈ ਯਾਦ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਕਿ ਸੰਗਤ ਪ੍ਰੇਰਣਾ ਲੈ ਸਕੇ ਇਹ ਗੁਰਬਾਣੀ ਕਹਿੰਦੀ ਹੈ ਇਹ ਰੱਬ ਦੇ ਪਿਆਰਿਆਂ ਦੇ ਮੱਥੇ ਲੱਗਿਆਂ ਰੱਬ ਚੇਤੇ ਆਉਂਦਾ ਹੈ। ਰੱਬ ਦੇ ਪਿਆਰਿਆਂ ਦੀ ਗੱਲਬਾਤ ਕਰੀਏ ਨਾ ਦੋ ਚਾਰ ਇਕੱਠੇ ਹੋ ਕੇ ਸੰਤਾਂ ਦੀ ਕੋਈ ਸਾਖੀ ਸਾਂਝੀ ਕਰੀਏ ਤੇ ਰੱਬ ਆਜਰ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਸੌਖਾ ਜਿਹਾ ਤਰੀਕਾ ਕੀ ਆ ਨਾਮ ਬਾਣੀ ਚ ਚਿੱਤ ਲੱਗੇ ਨਾਮ ਚ ਚਿੱਤ ਲੱਗੇ ਤੇ ਕਿਸੇ ਮਹਾਤਮਾ ਦੀ ਕੋਈ ਸਾਖੀ ਆਰੰਭ ਕਰ ਲੈਣੀ ਚਾਹੀਦੀ ਜਿੱਥੇ ਚਾਰ ਬੰਦੇ ਇਕੱਠੇ ਹੋਣ ਸੌਖਾ ਜਿਹਾ ਤਰੀਕਾ ਕੀ ਆ ਵੈਸੇ ਬਾਣੀ 'ਚ ਤੇ ਨਾਮ 'ਚ ਚਿੱਤ ਤੇ ਕਿਸੇ ਵਿਰਲੇ ਦਾ ਹੀ ਟਿਕੇਗਾ ਪਰ ਸੌਖਾ ਤਰੀਕਾ ਕੀ ਆ ਵੀ ਗੁਰੂ ਸਾਹਿਬ ਦੀ ਕੋਈ ਸਾਖੀ ਆਰੰਭ ਕਰ ਲੋ ਗੁਰੂ ਨਾਨਕ ਦੇਵ ਸਾਹਿਬ ਦੀ ਕੋਈ ਸਾਖੀ ਆਰੰਭ ਕਰ ਲੋ ਦਸਾਂ ਪਾਤਸ਼ਾਹ ਦੀ ਸਾਖੀ ਆਰੰਭ ਕਰ ਲੋ ਤਹਾਡਾ ਤੇ ਟਿਕਣਾ ਟਿਕਣਾ ਜਿਹੜੇ ਚਾਰ ਲਾਗੇ ਬੈਠੇ ਘਰ ਦੇ ਮੈਂਬਰ ਉਹਨਾਂ ਦਾ ਵੀ ਟਿਕ ਜਾਣਾ ਤਾਂ ਸੰਗਤ ਨੂੰ ਪ੍ਰੇਰਣਾ ਮਿਲਦੀ ਰਹੇ ਨਾਮ ਦੀ ਤੇ ਸੇਵਾ ਦੀ ਤੇ ਤਿਆਗ ਦੀ ਤਾਂ ਉਹ ਗੁਰਮੁਖ ਪਿਆਰਾ ਸ਼ਪੈਦਾ ਚੋਕੇ ਲੈ ਆਇਆ ਕਿਉਂ ਪੁਰਾਣੇ ਸਮੇਂ ਜਿਹੜੇ ਨਿਸ਼ਾਨ ਸਾਬ ਉਹ ਸ਼ਪੈਦਿਆਂ ਦੇ ਹੀ ਹੁੰਦੇ ਸ ਹਰੇਕ ਕੋਲੇ ਇੰਨੀ ਸਮਰੱਥਾ ਨਹੀਂ ਸੀ ਵੀ ਲੋਹੇ ਦੇ ਚੜਾ ਲਓ ਹੁਣ ਤਾਂ ਪੈਸਾ ਖੁੱਲਾ ਵਾ ਨਾ ਸਟੀਲ ਦੇ ਵੀ ਚੜ ਗਏ ਜੰਗਾਲ ਹੀ ਨਹੀਂ ਲੱਗਣਾ ਤੇ ਹੁਣ ਤੇ ਸੰਗ ਤਾਂ ਇੰਨੀਆਂ ਸੋਲ ਹੋ ਗਈਆਂ ਨਾ ਜੈਕ ਹੀ ਲਾਤੇ ਵੀ ਆਪੇ ਥੱਲੇ ਉਤਰ ਜੇ ਤੇ ਆਪੇ ਚੜ ਜੇ ਸਾਡੀਆਂ ਬਾਹਾਂ 'ਚ ਤੇ ਜੋਰ ਦੀ ਰਿਆ ਤਾਂ ਪਰ ਇਸ ਸਥਾਨ ਤੇ ਉਹ ਮਰਯਾਦਾ ਚੱਲਦੀ ਦੇਖ ਲਓ ਸੰਗਲ ਲੱਗੇ ਹੋਏ ਇਹ ਸੰਗਤ ਨੇ ਚੜਾਉਣਾ ਤੇ ਤੁਸੀਂ ਜਾਣਦੇ ਹੋ ਵੀ ਜਦੋਂ ਨਿਸ਼ਾਨ ਸਾਹਿਬ ਸਿਰਾਂ ਤੋਂ ਉੱਚਾ ਹੋ ਜਾਂਦਾ ਹੈ ਆਪਣੇ ਆਪ ਹੀ ਚੜ ਜਾਂਦਾ ਹੈ ਤਾਂ ਉਹ ਮਰਿਆਦਾ ਉਸੇ ਤਰ੍ਹਾਂ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਕਿਸੇ ਨੇ ਸੋਚਿਆ ਸੀ ਵੀ ਆ ਦਿਨ ਵੀ ਆਉਣਗੇ ਜੋਤਸ਼ੀ ਸਤਕਾਰਯੋਗ ਨੇ ਸਾਰੇ ਹੁਣ ਹੁਣ ਪਤਾ ਕਹਿੰਦੇ ਆ ਆਹੋ ਇੱਕ ਜੋਤਸ਼ੀ ਨੇ ਨਾ 2 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ ਪਤਾ ਲੱਗਣ ਤੋਂ ਬਾਅਦ ਜਦੋਂ ਸਭ ਕੁਝ ਬੰਦ ਹੋ ਗਿਆ ਹੁਣ ਸਾਰੇ ਹੀ ਟੌਰ ਬਣਾਈ ਜਾਂਦੇ ਵੀ ਸਾਡੇ ਬਾਬੇ ਨੇ ਵੀ ਕਥਾ 'ਚ ਬੋਲਿਆ ਸੀ ਸਾਡੇ ਵਿਦਵਾਨ ਨੇ ਵੀ ਬੋਲਿਆ ਸੀ ਸਾਡੇ ਪੰਡਤ ਨੇ ਵੀ ਬੋਲਿਆ ਸੀ ਪਰ ਗੁਰਬਾਣੀ ਕਹਿੰਦੀ ਆ ਰਹਿਣ ਦੇ ਸੱਜਣਾ ਜਿਨ੍ਹਾਂ ਨੂੰ ਪਤਾ ਉਹ ਦੱਸਦੇ ਨਹੀਂ ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਸਪੀਕਰ ਬਣੇ ਹੋਏ ਨੇ ਰੌਲਾ ਪਾਉਣ ਨੂੰ ਪਰ ਪ੍ਰਮਾਤਮਾ ਦਾ ਭੇਦ ਜਾਂ ਪ੍ਰਮਾਤਮਾ ਜਾਣਦਾ ਜਾਂ ਗੁਰੂ ਜਾਣਦਾ ਜਾਂ ਮਹਾਤਮਾ ਜਾਣਦਾ ਹੋਰ ਚੌਥਾ ਬੰਦਾ ਨਹੀਂ ਦੁਨੀਆ 'ਚ ਜਾਣ ਸਕਦਾ ਕਿਸੇ ਨੇ ਸੋਚਿਆ ਸੀ ਵੀ ਇਦਾਂ ਦੇ ਦਿਨ ਵੀ ਆਉਣਗੇ ਸਭ ਕੁਝ ਹੀ ਬੰਦ ਹੋ ਗਿਆ ਪਰ ਇੱਕ ਚੀਜ਼ ਸਿਰਫ ਚੱਲਦੀ ਪਈ ਆ ਉਹ ਕੀ ਗੁਰੂ ਕੇ ਲੰਗਰ ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਕਿੱਡੀ ਵੱਡੀ ਕਮਾਈ ਹੋਊਗੀ ਐਵੇਂ ਨਹੀਂ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਇਹ ਸਿੱਧਾਂ ਨੇ ਕਿਹਾ ਸੀ ਤਪਸਵੀਆਂ ਨੇ ਜੋਗੀਆਂ ਨੇ ਕਿਹਾ ਸੀ ਸਭ ਕੁਝ ਬੰਦ ਹੋ ਗਿਆ ਕੈਨੇਡਾ ਦਾ ਪ੍ਰਧਾਨ ਮੰਤਰੀ ਕੀ ਕਹਿੰਦਾ ਜੇ ਸਾਡੇ ਕੋਲ ਰੋਟੀ ਨਾ ਦਿੱਤੀ ਗਈ ਤੇ ਗੁਰਦੁਆਰਿਆਂ ਵੱਲ ਮੂੰਹ ਕਰ ਲਿਓ ਅਮਰੀਕਾ ਕੀ ਕਹਿੰਦਾ ਹੈ ਕਿ ਸਾਡੇ ਤੋਂ ਜੇ ਪ੍ਰਬੰਧ ਨਾ ਹੋ ਸਕਿਆ ਤੇ ਗੁਰਦੁਆਰਿਆਂ ਨੂੰ ਬੇਨਤੀ ਆ ਲੰਗਰ ਪਹਚਾਓ ਕਿ ਢਿਵੜੀ ਕਮਾਈ ਮਹਾਰਾਜ ਦੀ ਸਭ ਕੁਝ ਬੰਦ ਤੇ ਲੰਗਰ ਚੱਲਦੇ ਪਏ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਐਸੇ ਦਿਨ ਵੀ ਆਉਣਗੇ ਬੰਦਾ ਬੰਦੇ ਤੋਂ ਡਰਨ ਲੱਪਿਆ ਬੰਦਾ ਹੀ ਬੰਦੇ ਤੋਂ ਬੈਠੇ ਵੀ ਸਾਰੇ ਘਰ ਚਾ ਲਾਗੇ ਜਾ ਕੇ ਰਾਜੀ ਨੇ ਇੱਕ ਦੂਜੇ ਦੇ ਲਾਗੇ ਬਹਿ ਕੇ ਰਾਜੀ ਨੇ ਚਲੋ ਇਸ ਹੁਣ ਵਿਚਾਰ ਸ਼ਬਦ ਦੇ ਰਾਹੀਂ ਆਪਾਂ ਅੱਗੇ ਕਰਾਂਗੇ ਤਾਂ ਉਸ ਗੁਰਮੁਖ ਪਿਆਰੇ ਨੇ ਛਪੈਦਾ ਲੈ ਆਂਦਾ ਆ ਵਾਹਿਗੁਰੂ ਪਸੰਦ ਕਰ ਲਿਆ ਤੇ ਬਾਬਾ ਜੀ ਨੂੰ ਕਹਿੰਦਾ ਤੁਹਾਡਾ ਨਿਸ਼ਾਨ ਸਾਹਿਬ ਚੜਾਉਣਾ ਹੁਣ ਜਿਹੜੇ ਪੂਰਨ ਸੰਤ ਹੁੰਦੇ ਨਾ ਇਹ ਜਿਉਂਦੇ ਜੀ ਨਹੀਂ ਆਪਣੀ ਪੂਜਾ ਕਰਉਂਦੇ ਜੇ ਪਿੱਛੋਂ ਕੋਈ ਕਰੇ ਤੇ ਇਹਨਾਂ ਦੇ ਸਿਰ ਤੇ ਫਿਰ ਉਹ ਭਾਰ ਨਹੀਂ ਤਾਂ ਕਹਿੰਦੇ ਨਿਸ਼ਾਨ ਤਾਂ ਫਿਰ ਮਰਿਆਂ ਤੋਂ ਬਾਅਦ ਲੱਗਦੇ ਹੁੰਦੇ ਤੂੰ ਜਿਉਂਦੇ ਜੀ ਲਾਉਣ ਲੱਗਾ 2 ਸਾਲ ਸਾਡੀ ਕਹਿੰਦੇ ਉਮਰ ਕਟਾ ਦੇ ਤੂੰ ਸੰਤਾਂ ਦੀ ਨਾਰਾਜ਼ਗੀ ਦੇ ਬਚਨ ਸੁਣ ਕੇ ਉਹਨੂੰ ਬੜਾ ਦੁੱਖ ਲੱਗਾ ਵੀ ਮੇਰੇ ਤੋਂ ਬੜੀ ਗਲਤੀ ਹੋ ਗਈ ਮੈਂ ਸੰਤਾਂ ਦੀ ਉਮਰ ਕਟਾ ਦੇ ਤਾਂ ਸੰਤਾਂ ਦੀ ਉਮਰ ਮੇਰੇ ਕਰਕੇ ਘਟ ਗਈ ਤੇ ਉਹ ਸਾਰੀ ਰਾਤ ਹੀ ਰੋਂਦਾ ਰਿਆ ਮਹਾਂਪੁਰਖ ਨਿਮਰਤਾ ਦੇ ਘਰ ਚਾਏ ਤਰਸ ਚਾਏ ਕਹਿੰਦੇ ਚੱਲ ਕੋਈ ਨਹੀਂ ਜਿਹੜੀ ਉਮਰ ਜਾਣੀ ਸੀ 2 ਸਾਲ ਉਹ ਤੇ ਚਲੇ ਗਈ ਚੱਲ ਲਿਆ ਫਿਰ ਨਿਸ਼ਾਨ ਸਾਬ ਚੜਾਈਏ ਤੇ ਵੈਸੇ ਸੰਗਤ ਕਹਿੰਦੀ ਆ ਵੀ ਵਿਸਾਖ ਦੀ ਸੰਗਰਾਦ ਦਿਨ ਨੀਅਤ ਕੀਤਾ ਸੀ ਪਰ ਵਾਢੀ ਕਰਕੇ ਸੰਗਤ ਨੂੰ ਪ੍ਰੋਬਲਮ ਆਉਂਦੀ ਸੀ ਫਿਰ ਜੇਠ ਦੀ ਸੰਗਰਾਦ ਨੂੰ ਮਨਾਉਣਾ ਸ਼ੁਰੂ ਕੀਤਾ ਨਿਸ਼ਾਨ ਸਾਹਿਬ ਦਾ ਜੋੜ ਮੇਲਾ ਸੋ ਇਹ ਮਹਾਨ ਜੋੜ ਮੇਲਾ ਹੈ ਜਿਹਦੇ ਆਪ ਜੀ ਲਾਈਵ ਰਾਹੀਂ ਦਰਸ਼ਨ ਕਰ ਰਹੇ ਹੋ ਬਾਹੁਰਖਾਂ ਨੇ ਉਪਰਾਲਾ ਕੀਤਾ ਵੀ ਘਰ-ਘਰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣ ਨਾਲ ਨਾਲ ਜੇਠ ਦੀ ਸੰਗਰਾਦ ਦਾ ਵੀ ਪਵਿੱਤਰ ਦਿਹਾੜਾ ਹੈ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪਰਮਾਤਮਾ ਦੇ ਭਾਣੇ ਨੂੰ ਆਤਮ ਮਿੱਠਾ ਕਰਕੇ ਮੰਨਣ ਵਾਲੇ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸਤਿਗੁਰੂ ਜੀ ਜੇਠ ਤੇ ਮਹੀਨੇ ਦਾ ਫਲਾ ਉਪਦੇਸ਼ ਉਪਦੇਸ਼ ਵੀ ਤੇ ਫਲ ਵੀ ਉਪਦੇਸ਼ ਦਿੰਦੇ ਨੇ ਵੀ ਕੀ ਕਰਨਾ ਹੈ ਨਾਲ ਨਾਲ ਫਲ ਵੀ ਦੱਸਦੇ ਨੇ ਜੇ ਇਹ ਕਰ ਲੋਗੇ ਤੇ ਇਹ ਚੀਜ਼ ਮਿਲੇਗੀ ਇਹ ਬਰਕਤ ਪਰਮਾਤਮਾ ਤੋਂ ਆਵੇਗੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਬਾਰੇ ਮਹਾਨ ਨਿਰਮਲੇ ਸੰਤ ਪੰਡਤ ਬ੍ਰਹਮ ਗਿਆਨੀ ਪੰਡਤ ਗੁਲਾਬ ਸਿੰਘ ਜੀ ਬੜੇ ਸੋਹਣੇ ਗੁਰੂ ਦੀ ਉਸਤਤ ਵਿੱਚ ਬਚਨ ਕਰਦੇ ਨੇ ਉਹਨਾਂ ਨੂੰ ਪੁੱਛਿਆ ਜੀ ਗੁਰੂ ਕੌਣ ਹੈ ਉਹ ਕਹਿੰਦੇ ਜਾ ਗੁਰੂ ਮੇ ਸਭ ਦਵੰਦ ਹਰੇ ਅਰ ਪਾਰ ਪਰੇ ਪਦਕੇ ਪਰਸੇ ਗੁਰੂ ਉਹ ਹੈ ਜਿਹੜਾ ਦਵੰਦ ਦ્વੈਤ ਨੂੰ ਖਤਮ ਕਰ ਦੇ ਗੁਰੂ ਉਹ ਐ ਜਿਹਦੇ ਇੱਕ ਵਾਰੀ ਚਰਨ ਫੜ ਲੇ ਫਿਰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਉਹਨੂੰ ਟੈਨਸ਼ਨ ਆ ਵੀ ਤੈਨੂੰ ਕਿਦਾਂ ਪਾਰ ਕਰਦਾ ਤੈਨੂੰ ਲੋੜ ਨਹੀਂ ਆ ਬਸ ਤੇਰਾ ਕੰਮ ਸੀ ਉਹਦੇ ਚਰਨ ਫੜਨੇ ਤੇਰਾ ਕੰਮ ਸੀ ਸਿਰਫ ਅਮਰਤ ਛਕਣਾ ਹੁਣ ਉਹ ਦੇਖੇਗਾ ਵੀ ਮੈਂ ਇਹਨੂੰ ਪਾਰ ਕਿਦਾਂ ਕਰਦਾ ਔਰ ਪਾਰ ਪਰੇ ਵਾਦਕੇ ਪਰ ਸੇ ਜੀ ਦੇ ਚਰਨਾ ਕਮਲਾਂ ਨੂੰ ਇੱਕ ਵਾਰੀ ਹੱਥ ਲੱਗ ਜੇ ਤੇ ਪਾਰ ਹੋ ਜੇ ਔਰ ਫਿਰ ਗੁਰੂ ਕੌਣ ਹੈ ਮੋਹ ਮਤੰਗ ਨਿਵਾਰਣ ਜਿਹੜਾ ਮੋਹ ਰੂਪੀ ਹਾਥੀ ਨੂੰ ਦੂਰ ਕਰ ਦੇ ਮੋਹ ਦੇ ਵਿੱਚ ਕਿੱਡੀ ਤਾਕਤ ਹੈ ਕਹਿੰਦੇ ਜਿਵੇਂ ਹਾਥੀ ਸੋ ਭਾਵ ਮੋਹੇ ਮਤਾੰਗ ਨਿਵਾਰਣ ਮੋਹ ਰੂਪੀ ਮਤਾੰਗ ਨੂੰ ਦੂਰ ਕਰਦੇ ਔਰ ਸਦਾ ਏਕ ਪਈਏ ਹਰ ਸੇ ਤੇ ਜਿਹੜਾ ਸਦਾ ਹੀ ਇੱਕ ਪਰਮਾਤਮਾ ਦੇ ਸਿਮਰਨ ਚ ਜੁੜਿਆ ਰਹਿੰਦਾ ਹੈ ਉਹ ਕੌਣ ਹੈ ਗੁਰੂ ਹੈ ਐਸੇ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਉਪਦੇਸ਼ ਦਿੰਦੇ ਨੇ ਔ ਨਾਲ ਨਾਲ ਆਪਾਂ ਮਹਾਪੁਰਖਾਂ ਦੇ ਬਚਨਾਂ ਦੀ ਵੀ ਵਿਚਾਰ ਕਰਾਂਗੇ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸੁਣਨ ਦੀ ਕਿਰਪਾਲਤਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਏ ਜੇ ਸਾਗੈ ਸਭ ਨਿਵੰਨ ਸਤਿਗੁਰੂ ਜੀ ਜੇਠ ਦੇ ਮਹੀਨੇ ਰਾਂਹੇ ਉਪਦੇਸ਼ ਦਿੰਦੇ ਜੇਠ ਦੇ ਮਹੀਨੇ ਅਸੀਂ ਕੀ ਕਰਨਾ ਹੈ ਤੁਮਾਰੀ ਕਹਿੰਦੇ ਨੇ ਹਰ ਜੇਠ ਜੜੰਦਾ ਲੋੜੀ ਹੈ ਜੇਠ ਦੇ ਮਹੀਨੇ ਵਿੱਚ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ ਜਿਸ ਪਰਮਾਤਮਾ ਦੇ ਵਿੱਚ ਬੜੀ ਤਾਕਤ ਹੈ ਬੜੀ ਬਰਕਤ ਹੈ ਜੀ ਦੇ ਅੱਗੇ ਸਭ ਨਿਵਨ ਨਿਮਰ ਭਾਵ ਚ ਹੋ ਜਾਂਦੇ ਨੇ ਨਿਵ ਜਾਂਦੇ ਨੇ ਨਿਵਣਾ ਪੈਂਦਾ ਹੈ ਚੰਗੇ ਨੇ ਜਿਹੜੇ ਨਿਵਦੇ ਨੇ ਜਿਹੜੇ ਹੁਣ ਨਹੀਂ ਸੀ ਨਿਵਦੇ ਉਹਨਾਂ ਨੂੰ ਹੁਣ ਨਿਵਣਾ ਪੈ ਗਿਆ ਹੱਥ ਕੜੇ ਹੋ ਗਏ ਕਰੋਨਾ ਵਾਇਰਸ ਨੇ ਲਾਲਾ ਲਾਲਾ ਕਰਾ ਛੱਡੀ ਐ ਫੜ ਕੇ ਜਿਹੜੇ ਨਿਵਦੇ ਸੀ ਚੰਗੇ ਸੀ ਜਿਹੜੇ ਨਈ ਸੀ ਨਿਵਦੇ ਉਹਨਾਂ ਨੂੰ ਵੀ ਨਿਵਣਾ ਪੈ ਗਿਆ ਹਰਣਾਖਸ ਅਸੀਂ ਲੋਕ ਨਾ ਸਿੱਖਿਆ ਨਹੀਂ ਲੈਂਦੇ ਹਰਣਾਖਸ ਦੀ ਸਾਖੀ ਗੁਰਬਾਣੀ ਦੇ ਵਿੱਚ ਟੂਕ ਮਾਤਰ ਅੰਕਤ ਹੈ ਏਡਾ ਹੋਮੈ ਚ ਆ ਗਿਆ ਕਹਿੰਦਾ ਰੱਬ ਹੀ ਮੈਂ ਰੱਬ ਹੈ ਹੀ ਨਹੀਂ ਤੇ ਅੱਜ ਵੀ ਕਈ ਦੇਸ਼ ਇਹ ਹੀ ਕਹਿੰਦੇ ਨਾ ਰੱਬ ਹੈ ਦੇ ਕਈ ਬੰਦੇ ਕਹਿੰਦੇ ਰੱਬ ਹੈ ਨਹੀਂ ਪਰ ਜਿਹੜਾ ਰੱਬ ਸੀ ਫਿਰ ਉਹਨੇ ਚੇਤੇ ਕਰਾਤਾ ਨਾ ਵੀ ਰੱਬ ਕੌਣ ਕਹਿੰਦਾ ਨਾ ਦਿਨੇ ਮਰਾਂ ਨਾ ਰਾਤ ਮਰਾਂ ਗੁਰਬਾਣੀ ਚ ਲਿਖਿਆ ਹੈ ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਹੈ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਸ਼ਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ ਨਾ ਬੰਦੇ ਤੋਂ ਮਰਾਂ ਨਾ ਦੇਵਤੇ ਤੋਂ ਮਰਾਂ ਨਾ ਜਨਵਰ ਤੋਂ ਮਰਾਂ ਆਪ ਦੀ ਵੱਲੋਂ ਤੇ ਇੰਸ਼ੋਰੈਂਸ ਐਨ ਪੱਕੀ ਕਰ ਲਈ ਸੀ ਚਾਰੇ ਪਾਸੇ ਸ਼ਿਉਰਟੀ ਪੂਰੀ ਕਰ ਲਈ ਸੀ ਆਪ ਦੀ ਵੱਲੋਂ ਛੱਡਿਆ ਕੀ ਕਿਤੇ ਸੋਚੇ ਉਹ ਦਿਮਾਗ ਤੇ ਜੋਰ ਦੇ ਕੇ ਛੱਡਿਆ ਕੀ ਇਸ ਬੰਦੇ ਨੇ ਅੰਦਰ ਮਰਾਂ ਨਾ ਬਾਹਰ ਮਰਾਂ ਦਿਨੇ ਮਰਾਂ ਨਾ ਰਾਤ ਮਰਾਂ ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ ਨਾ ਬੰਦੇ ਤੋਂ ਮਰਾਂ ਨਾ ਰਾਖਸ਼ ਤੋਂ ਮਰਾਂ ਨਾ ਦੇਵਤੇ ਤੋਂ ਮਰਾਂ ਰਹਿ ਗਏ ਜਨਮਰ ਇਨ੍ਹਾਂ ਤੋਂ ਨਾ ਮਰਾਂ ਪਰ ਜਿਹੜਾ ਪ੍ਰਮਾਤਮਾ ਸੀ ਫਿਰ ਉਹਨੇ ਆਣ ਕੇ ਦਰਸ਼ਨ ਦੇ ਹੀ ਦਿੱਤੇ ਉਹ ਇਹੋ ਜਿਹਾ ਬਣ ਕੇ ਆਇਆ ਨਾ ਉਹ ਬੰਦਾ ਸੀ ਨਾ ਜਨਵਰ ਜਿੱਥੇ ਮਾਰਿਆ ਨਾ ਉਹ ਅੰਦਰ ਸੀ ਨਾ ਬਾਹਰ ਜਿਹੜੇ ਟਾਈਮ ਆਮ ਆ ਰਿਆ ਨਾ ਉਹ ਦਿਨ ਸੀ ਨਾ ਹੋ ਰਾ ਨਿਵਣਾ ਪੈ ਗਿਆ ਨਾ ਫਿਰ ਰਾਮਣ ਦੀ ਉਦਾਹਰਣ ਆ ਗੁਰਬਾਣੀ ਚ ਦਾਸ ਸਿਰ ਗ੍ਰੰਥ ਤੇ ਉਹਦੀ ਇੰਨੀ ਉਸਤਤ ਕਰਦੇ ਕਹਿੰਦੇ ਮੌਤ ਨੂੰ ਕਾਲ ਨੂੰ ਪਾਵੇ ਨਾ ਬੰਨਣ ਵਾਲਾ ਪਰ ਜਿਹੜਾ ਰੱਬ ਸੀ ਫਿਰ ਉਹਨੇ ਰੱਬ ਚੇਤੇ ਕਰਾਤਾ ਨਾ ਆਣਕੇ ਇੱਕ ਵਾਰੀ ਤੇ ਮੁਨਕਰ ਹੋ ਗਿਆ ਵੀ ਰੱਬ ਹੀ ਆਪਾ ਹੋਰ ਰੱਬ ਐ ਨਹੀਂ ਇਸੇ ਤਰ੍ਹਾਂ ਕੰਸ ਦੀ ਉਦਾਹਰਣ ਹੈਗੀ ਗੁਰਬਾਣੀ ਚ ਕਿੱਡਾ ਕੁ ਪਾਪੀ ਹੋਵੇਗਾ ਜਦੋਂ ਪਤਾ ਲੱਗਾ ਵੀ ਅੱਠਵਾਂ ਬੱਚਾ ਜਿਹੜਾ ਜੰਮੂਗਾ ਮੈਨੂੰ ਮਾਰੂਗਾ ਤੇ ਉਹਨੂੰ ਪਤਾ ਲੱਗਾ ਵੀ ਅੱਠਵਾਂ ਤੇ ਜੰਮਿਆ ਹੀ ਨਹੀਂ ਗਰਭਪਾਤ ਹੋ ਗਿਆ ਬੜਾ ਖੁਸ਼ ਹੋਇਆ ਕਹਿੰਦਾ ਰੱਬ ਡਰ ਗਿਆ ਮੇਰੇ ਤੋਂ ਜੰਮਿਆ ਹੀ ਨਹੀਂ ਕਹਿੰਦਾ ਤੇ ਫਿਰ ਹੁਣ ਪਾਪੀ ਜਿਹੜਾ ਹੁੰਦਾ ਨਾ ਇਹ ਨਿਡਰ ਨਹੀਂ ਰਹਿ ਸਕਦਾ ਪਾਪੀ ਨੂੰ ਡਰ ਬਣਿਆ ਹੀ ਰਹਿਣਾ ਫਿਰ ਸੋਚ ਸਾਜ ਕੇ ਕਹਿੰਦਾ ਅੱਜ ਦੇ ਦਿਨ ਜਿੰਨੇ ਜੰਮੇ ਨੇ ਸਾਰੀ ਮਾਰ ਤੋ ਆਪ ਦੇ ਵੱਲੋਂ ਪੂਰਾ ਸਾਵਧਾਨ ਹੋ ਗਿਆ ਵੀ ਕਿਸੇ ਗੱਲੋਂ ਕਸਰ ਛੱਡਣੀ ਨਹੀਂ ਆ ਹਰ ਚਾਲ ਵਰਤ ਲਈ ਪਰ ਜਿਹੜਾ ਰੱਬ ਦਾ ਪਿਆਰਾ ਸੀ ਉਹਨੇ ਫਿਰ ਰੱਬ ਵਖਾਈ ਦਿੱਤਾ ਨਾ ਕਹਿੰਦੇ ਵਾਲਾਂ ਤੋਂ ਫੜ ਕੇ ਇਦਾਂ ਪਟਕਾ ਕੇ ਮਾਰਿਆ ਜਿਦਾਂ ਧੋਬੀ ਕਪੜੇ ਨੂੰ ਮਾਰਦਾ ਦਰਯੋਦਨ ਦੀ ਉਦਾਹਰਣ ਸਿਰ ਤੇ ਛਤਰ ਚਲਦੇ ਸੀ ਬਾਰਾਂ ਕੋ سونے ਦੇ ਥੱਲੇ ਹੀ ਤੁਰਿਆ ਜਾਂਦਾ ਸੀ سونے ਦੇ ਛਤਰ ਪਰ ਜਿਹੜੇ ਰੱਬ ਦੇ ਪਿਆਰੇ ਸੀ ਰੱਬ ਦਿਖਾਈ ਦਿੱਤਾ ਹਾਲ ਤੇ ਇੰਨੀ ਮਾੜੀ ਹੋ ਗਈ ਸੰਸਕਾਰ ਤੇ ਕੀ ਹੋਣਾ ਸੀ ਕਾਵਾਂ ਕੁੱਤਿਆਂ ਨੇ ਵੀ ਖਾਦਾ ਦੇਹੀ ਗਿਰਜ ਨਾ ਖਾਈ ਪਾਪੀ ਸੀ ਕਿਰਤ ਕੰਡ ਸਿਆ ਇਸਲਾਮ ਧਰਮ ਦੇ ਵਿੱਚ ਜਾਂ ਇਧਰ ਦਾ ਜਿਹੜਾ ਇਸਲਾਮੀ ਸਾਇਤ ਹੈ ਜਾਂ ਦੂਸਰੇ ਧਰਮਾਂ ਦੇ ਵਿੱਚ ਇੱਕ ਬਾਦਸ਼ਾਹ ਹੋਇਆ ਫਰੋਨ ਜਿਹੜਾ ਆਪਣੇ ਆਪ ਨੂੰ ਖੁਦਾ ਕਹਾਉਣ ਲੱਗਾ ਸੀ ਵੀ ਰੱਬ ਮੈਂ ਹੀ ਆ ਤੇ ਪਰਮਾਤਮਾ ਨੇ ਆਖਿਆ ਤੈਨੂੰ ਮੈਂ ਕੀ ਮਾਰਦਾ ਤੈਨੂੰ ਇਹੋ ਜੀ ਮੌਤ ਦਊਗਾ ਕਿ ਨਾ ਤੂੰ ਸੜੇਗਾ ਨਾ ਤੇਰਾ ਸਰੀਰ ਗਲੇਗਾ ਨਾ ਤੇਰਾ ਸਰੀਰ ਸੜੇਗਾ ਅੱਜ ਵੀ ਉਹਦੀ লাশ ਪਈਆ ਹਜ਼ਾਰਾਂ ਸਾਲ ਹੋ ਗਏ ਨੇ ਅੱਜ ਵੀ ਉਹਦੀ লাশ ਪਈ ਤੇ ਪਵਿੱਤਰ ਕੁਰਾਨ ਸ਼ਰੀਫ ਚ ਇਹ ਸਾਖੀ ਲਿਖੀ ਉਹਦਾ ਜ਼ਿਕਰ ਤੇ ਡਾਕਟਰ ਹਰਾਨ ਨੇ ਉਹਦੇ ਸਰੀਰ ਚ ਉਹ ਆਪਣੇ ਆਪ ਹੀ ਮਿੱਟੀ ਪੈਦਾ ਹੋਈ ਜਾਂਦੀ ਆ ਸਰੀਰ ਉਦਾਂ ਹੀ ਰਹਿੰਦਾ ਦਾ ਗਲੀ ਜਾਂਦਾ ਹੈ ਸੜੀ ਜਾਂਦਾ ਖਤਮ ਨਹੀਂ ਹੁੰਦਾ ਸਦਾ ਹੀ ਸਰੀਰ ਰਹਿੰਦਾ ਹੈ ਵੀ ਤੈਨੂੰ ਤੇ ਕਹਿੰਦੇ ਮੌਤ ਵੀ ਨਸੀਬ ਨਾ ਹੋਊਗੀ ਆਪਣੇ ਆਪ ਨੂੰ ਰੱਬ ਸਮਝ ਬੈਠਾ ਹੈ ਇਹ ਜਿੰਨੀਆਂ ਧਾਰਮਿਕ ਗਵਾਹੀਆਂ ਨੇ ਨਾ ਇਸ ਛੇਤੇ ਕਰਾਉਣ ਨੂੰ ਕਿ ਰੱਬ ਕੋਈ ਹੈਗਾ ਦੇਖਦਾ ਨਾ ਦੇਖਦਾ ਉਹ ਵੱਖਰੀ ਗੱਲ ਹੈ ਪਰਮਾਤਮਾ ਕੋਈ ਹੈ ਤਾਂ ਬੜੀਆਂ ਗਵਾਹੀਆਂ ਨੇ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਚ ਕਮਾਲ ਕੀਤੀ ਕਹਿੰਦੇ ਜਦੋਂ ਦੁਨੀਆ ਤੇ పాਪ ਬਹੁਤ ਵੱਧ ਗਿਆ ਨਾ ਭਗਵਾਨ ਵਿਸ਼ਨੂੰ ਦਾ ਕਹਿੰਦੇ ਫਿਰ 24ਵਾਂ ਅਵਤਾਰ ਹੋਊਗਾ ਨਿਹ ਕਲੰਕ ਕਾਲੀਯੋਗ ਦੇ ਹਾਲਾਤ ਏਡੇ ਮਾੜੇ ਹੋ ਜਾਣਗੇ ਕਿ ਭੈਣ ਭਰਾ ਦਾ ਰਿਸ਼ਤਾ ਖਤਮ ਹੋ ਜਾਊਗਾ ਮਾਂ ਪੁੱਤ ਦਾ ਰਿਸ਼ਤਾ ਖਤਮ ਹੋ ਜਾਊਗਾ ਇੰਨੀ ਆਤਿਸ਼ ਬੰਦੇ ਨੂੰ ਚਿੰਬੜ ਜਾਵੇ ਇੰਨੀ ਕਾਮ ਦੀ ਅੱਗ ਚਿੰਬੜ ਜਾਵੇ ਕੁਰਾਨ ਪੜ੍ਹਨੀ ਬੰਦ ਹੋ ਜਾਏਗੀ ਪੁਰਾਨ ਪੜ੍ਹਨੀ ਬੰਦ ਹੋ ਜਾਊਗੀ ਪੂਜਾ ਪਾਠ ਨਮਾਜ਼ ਸਭ ਖਤਮ ਹੋ ਜਾਏ ਸਭ ਬੰਦ ਕਰ ਦੇਣਗੇ ਲੋਕ ਇਹ ਰੱਬ ਨਹੀਂ ਐ ਇਹ ਸਭ ਬੰਦ ਕਰੋ ਇੱਕ ਪੰਡਤ ਚੋਰੀ ਰੱਬ ਦੀ ਪੂਜਾ ਕਰੇਗਾ ਸ਼ਕਤੀ ਦੀ ਪੂਜਾ ਕਰੇਗਾ ਉਹਦੀ ਘਰ ਵਾਲੀ ਹੀ ਉਹਨੂੰ ਫਸਾ ਦੇਗੀ ਰਾਜੇ ਨੂੰ ਸ਼ਿਕਾਇਤ ਕਰ ਦੇਗੀ ਵੀ ਇਹ ਚੋਰੀ-ਚੋਰੀ ਰੱਬ ਨੂੰ ਮੰਦਾ ਉਹ ਰਾਜਾ ਆਣ ਕੇ ਕਹੇਗਾ ਜਾਂ ਰੱਬ ਨੂੰ ਮੰਨਣਾ ਛੱਡਦੇ ਨਹੀਂ ਤੇ ਦੋ ਟੋਟੇ ਕਰੂੰਗਾ ਮੈਂ ਤੇਰੇ ਏਡੀ ਵੱਡੀ ਅਜੇ ਤੇ ਕਾਲੀ ਯੁਗ ਕੋਈ ਕੁਝ ਵੀ ਨਹੀਂ ਆਇਆ ਅਜੇ ਤੇ ਤੁਸੀਂ ਗੁਰਦੁਆਰੇ ਆ ਸਕਦੇ ਆ ਪਾਠ ਕਰ ਸਕਦੇ ਆ ਸਿਮਰਨ ਕਰ ਸਕਦੇ ਆ ਸੇਵਾ ਕਰ ਸਕਦੇ ਆ ਮੰਦਰ ਬਣੇ ਨੇ ਮਸੀਤਾਂ ਬਣੀਆਂ ਨੇ ਚਰਚ ਬਣੇ ਨੇ ਉਹ ਕਹਿੰਦੇ ਸਭ ਕੁਝ ਹੀ ਬੰਦ ਹੋ ਜਾਣਾ ਵਾ ਤੇ ਜੇ ਤੂੰ ਨਾਂ ਲੈਂਦਾ ਵੀ ਫੜਿਆ ਗਿਆ ਤੇ ਸਜ਼ਾ ਇਹ ਮੌਤ ਹੋਊਗੀ ਇਹੋ ਜਿਹਾ ਟਾਈਮ ਆਉਣਾ ਆਪਾਂ ਤੇ ਇਹਨਾਂ ਨੂੰ ਹੀ ਰੋਈ ਜਾਂਦੇ ਨਾ ਕੁਝ ਇੱਕ ਨਾਸਤਿਕ ਵਿਦਵਾਨਾਂ ਨੂੰ ਕਹਿੰਦੇ ਜੀ ਸਿਮਰਨ ਨਾ ਕਰੋ ਕਹਿੰਦੇ ਜੀ ਨਿਤਨੇਮ ਨਾ ਕਰੋ ਮਹਾਰਾ ਜੀ ਨੇ ਤਾਂ ਬੜਾ ਕੁਝ ਲਿਖਿਆ ਆ ਫਿਰ ਉਹੜ ਜਾਂਦਾ ਉਹ ਸੱਚਾ ਧਰਮੀ ਆ ਉਹ ਕਹਿੰਦਾ ਭਾਈ ਮੈਂ ਮਰਨਾ ਮਨਜ਼ੂਰ ਕਰੂੰਗਾ ਪਰ ਮੈਨੂੰ ਪਤਾ ਰੱਬ ਹੈ ਸ਼ਕਤੀ ਹੈ ਕਿਸੇ ਸਰੂਪ ਚ ਹਰ ਧਰਮ ਨੂੰ ਆਪੋ ਆਪਣੇ ਸਰੂਪ ਚ ਮੰਨਦਾ ਹੈ ਰੂਪ ਚ ਮੰਨਦਾ ਉਹ ਫਿਰ ਧਰਮੀ ਪੱਕਾ ਸੀ ਤੇ ਜਦੋਂ ਧਰਮੀ ਪੱਕਾ ਹੋਵੇ ਨਾ ਸਿਦਕੀ ਪੱਕਾ ਹੋਵੇ ਫਿਰ ਕਿਰਪਾ ਵਰਤਦੀ ਹੈ ਫੇਰ ਕੁਝ ਬਰਕਤ ਵਰਤਦੀ ਆ ਤੇ ਜੇ ਧਰਮੀ ਢਲਾ ਹੋਵੇ ਡੋਲ ਜੇ ਫੇਰ ਨਹੀਂ ਵਰਤਦੀ ਤਾਂ ਉਸੇ ਵੇਲੇ ਕਹਿੰਦੇ ਇੱਕ ਪ੍ਰਕਾਸ਼ ਪੈਦਾ ਹੁੰਦਾ ਵਾ ਉਹਦੇ ਵਿੱਚੋਂ ਇੱਕ ਸਰੀਰ ਪੈਦਾ ਹੁੰਦਾ ਜਿਹਨੂੰ ਨੇਕਲੰਕ ਅਵਤਾਰ ਕਹਿੰਦੇ ਉਹ ਫੇਰ ਚੜਦਾ ਵਾ ਸੰਸਾਰ ਜਿੱਤਦਾ ਵਾ ਧਰਮ ਨੂੰ ਸਥਾਪਨ ਕਰਦਾ ਵਾ ਫੇਰ ਪਰਮਾਤਮਾ ਦਾ ਉਹ ਨਾਮ ਸੰਸਾਰ ਚ ਡੰਕੇ ਦੇ ਜੋਰ ਤੇ ਜਪੌਂਦਾ ਖਦਮ ਕਰਦਾ ਸਾਰੇ ਦੇਸ਼ਾਂ ਨੂੰ ਬੜਾ ਲੰਮਾ ਸਮਾਂ ਉਹ ਰਾਜ ਕਰਦਾ ਤੇ ਉਹਦਾ ਇੱਕ ਨਾ ਵਜ਼ੀਰ ਹੁੰਦਾ ਤੇ ਅੰਤ ਦਾ ਸਮਾਂ ਤੇ ਸਾਰਿਆਂ ਤੇ ਆਉਣਾ ਜਦੋਂ ਜੋਤੀ ਜੋਤ ਸਮਾ ਜਾਂਦਾ ਹੈ ਤੇ ਉਹਦਾ ਵਜ਼ੀਰ ਜੀ ਦਾ ਨਾਮ ਮਹਿੰਦੀ ਪੀਰ ਉਹ ਗੱਦੀ ਤੇ ਬਹਿ ਜਾਂਦਾ ਤੇ ਉਹਨੂੰ ਹੌਮੇ ਹੋ ਜਾਂਦੀ ਆ ਉਹੋ ਹੀ ਹੌਮੇ ਹੁਣ ਸਾਰੀ ਦੁਨੀਆ ਦਾ ਮਾਲਕ ਉਹ ਹੈ ਉਹਨੂੰ ਹਮੇ ਹੋ ਜਾਂਦੀ ਹੈ ਵੀ ਸਭ ਕੁਝ ਮੈਂ ਹੀ ਆ ਉਹਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਜਾਂ ਨਾਲੇ ਪੀਰ ਸੀ ਬਾਦਸ਼ਾਹ ਬਣ ਜਾਂਦਾ ਹੈ ਤੇ ਫਿਰ ਬਾਣੀ ਕਹਿੰਦੀ ਹਰ ਜੂ ਹੰਕਾਰ ਅਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ ਰੱਬ ਹੋ ਸਕਦਾ ਹੈ ਵੀ ਸਭ ਕੁਝ ਮਾਫ਼ ਕਰ ਦੇ ਪਰ ਹਉਮੈ ਵਾਲੇ ਨੂੰ ਨਹੀਂ ਲਾਗੇ ਲੱਗਣ ਦਿੰਦਾ ਹੈ ਹੰਕਾਰੇ ਨੂੰ ਨੇੜੇ ਦੀ ਆਉਣ ਦਿੰਦਾ ਹੈ ਹਉਮੈ ਨਹੀਂ ਹੋ ਗਈ ਵੀ ਉਹ ਉਸੇ ਭਲੇਖੇ 'ਚ ਫੇਰ ਆ ਜਾਂਦਾ ਵੀ ਰੱਬ ਮੈਂ ਹੀ ਤਾਂ ਆਕਾਲ ਪੁਰਖ ਪਰਮੇਸ਼ਰ ਖੇੜ ਖੜਾ ਕੇ ਹੱਸ ਪੈਂਦਾ ਹੈ ਬੜੇ ਪ੍ਰਬੰਧ ਨੇ ਲੱਖਾਂ 'ਚ ਫੌਜ ਹੈ ਪੰਛੀ ਵੀ ਪਰ ਨਹੀਂ ਜਾ ਕੇ ਫੜਕਾ ਸਕਦਾ ਪੰਛੀ ਵੀ ਪਰ ਨਹੀਂ ਮਾਰ ਸਕਦਾ ਇੰਨੀ ਸਿਕਿਉਰਿਟੀ ਮਰਨ ਦੇ ਮਰਨ ਤੋਂ ਬਚਣ ਦੇ ਬੜੇ ਯਤਨ ਕੀਤੇ ਨੇ ਦਵਾਈਆਂ ਵੈਦ ਦਸ਼ਮ ਦੇ ਵਿੱਚ ਤੇ ਥੋੜਾ ਸੰਖੇਪ ਚ ਆ ਇਹਨੂੰ ਵਿਸਥਾਰ ਕਰਦਾ ਹਾਂ ਔਰ ਇੱਕ ਨਿੱਕੀ ਜੀ ਕੀੜੀ ਉਹਦੇ ਕੰਨ ਚ ਵੜ ਜਾਂਦੀ ਐ ਤੇ ਉਹ ਜਿਹੜਾ ਰੱਬ ਬਣਿਆ ਸੀ ਸਾਰੀ ਦੁਨੀਆ ਦਾ ਬਾਦਸ਼ਾਹ ਮਹਿੰਦੀ ਪੀਰ ਨੇ ਕਲੰਕ ਤੋਂ ਬਾਹਰਾਂ ਜਾ ਕੇ ਇੱਕ ਨਿੱਕੀ ਜੀ ਕੀੜੀ ਦੀ ਦੰਦੀ ਵੱਢਣ ਨਾਲ ਉਹਦੀ ਮੌਤ ਹੋ ਜਾਂਦੀ। ਮੰਨੋ ਭਾਵੇਂ ਨਾ ਮੰਨੋ ਮਹਾਰਾਜ ਕੀ ਕਹਿੰਦੇ ਨੇ ਨੀਕੀ ਕੀਰੀ ਬਹਿ ਕਲ ਰੱਖੇ ਭਸਮ ਕਰੇ ਲਸ਼ਕਰ ਕੋਟ ਲੱਖ ਕਿੱਦਾਂ ਦਾ ਸਮਾਂ ਆ ਗਿਆ ਹੈ ਸੋਚਿਆ ਸੀ ਕਿਸੇ ਨੇ ਨਿਵਣਾ ਪੈ ਰਿਹਾ ਕਿ ਨਹੀਂ ਤਾਂ ਮਹਾਰਾ ਕਹਿੰਦੇ ਜੀ ਦੇ ਅੱਗੇ ਸਾਰਿਆਂ ਨੂੰ ਹੀ ਨਿਵਣਾ ਪੈਂਦਾ ਹੈ ਉਹਦੇ ਨਾਲ ਜੁੜ ਜਾ ਬੜਾ ਫਾਇਦਾ ਹੋਊਗਾ ਤੈਨੂੰ ਜੁੜਨਾ ਹਰਸਿਓਂ ਜੁਰੇ ਨਾ ਵ્યાਪਕੜਾ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਹਰਸਿਓਂ ਜੁਰੇ ਤਾਂ ਹੋਵੇ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੇ ਨਹੀਂ ਹੋਰ ਅੱਜ ਦੇਖੋ ਕਿਦਾਂ ਦੇ ਦਿਨ ਆ ਗਏ ਨੇ ਪਰ ਸਿੱਖ ਧਰਮ ਦੀ ਲਾਜ ਅੱਜ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਰੱਖੀ ਕਿਦਾਂ ਬੰਦ ਕਰ ਲੈਣਗੇ ਗੁਰਦੁਆਰੇ ਰੋਟੀ ਨਹੀਂ ਖਾਣੀ ਲੋਕਾਂ ਨੂੰ ਮਰਨਾ ਭੁੱਖੇ ਲੋਕਾਂ ਨੇ ਦੁਨੀਆ ਨੇ ਮਰਨਾ ਤਗੜੇ ਬੰਦੇ ਦਾ ਤੇ ਸਰਜੂ ਗਰੀਬ ਕੀ ਕਰੂ ਜਿਹੜਾ ਦਿਹਾੜੀ ਕਰਦਾ ਵਾ ਜਿਨਨੇ ਰੋਜ਼ 300 500 ਕਮਾ ਕੇ ਰੋਟੀ ਖਾਣੀ ਸੀ ਉਹਦਾ ਕੀ ਬਣੂਗਾ ਜਿਨਨੇ 10 15 ਲੱਖ ਜੋੜਿਆ ਉਹ ਤੇ 2 ਮਹੀਨੇ ਕੱਢ ਜਾਊਗਾ 3 ਮਹੀਨੇ ਕੱਢ ਜਾਊਗਾ ਉਹਦੇ ਵਾਸਤੇ ਗੁਰੂ ਦੀ ਗੋਲਕ ਹੀ ਗਰੀਬ ਦਾ ਮੂਹ ਹੈ ਤੇ ਗੁਰੂ ਦਾ ਲੰਗਰ ਹੀ ਸਭ ਕੁਝ ਹੈ ਦਾ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਬੜੇ ਪ੍ਰੇਮ ਨਾਲ ਕਹਿੰਦੇ ਨੇ ਜਾਬ ਸਾਹਿਬ ਚ ਮਹਾਰਾਜ ਕਹਿੰਦੇ ਨੇ ਅਮਿਤੋਜ ਕਹਿਜੈ ਅਮਿਤ ਓਜ ਮੈਨੇ ਤਾਕਤ ਜਿਹੜੀ ਚੀਜ਼ ਹੱਦ ਚ ਹੋਵੇ ਉਹ ਰੱਬ ਨਹੀਂ ਹੁੰਦੀ ਜਿਹੜੀ ਬੇ ਹੱਦ ਹੋਵੇ ਉਹ ਰੱਬ ਹੁੰਦੀ ਇਨਫਿਨਿਟੀ ਵੀ ਕਹਿ ਦਿੰਦੇ ਅੰਗਰੇਜ਼ੀ ਚ ਜਿਹੜੀ ਚੀਜ਼ ਅੰਤ ਵਿੱਚ ਆਵੇ ਉਹ ਰੱਬ ਨਹੀਂ ਹੁੰਦੀ ਜਿਹੜੀ ਬੇਅੰਤ ਹੋਵੇ ਉਹ ਰੱਬ ਹੁੰਦਾ ਜਿਹੜੀ ਚੀਜ਼ ਬੁੱਧੀ ਦੇ ਵਿੱਚ ਆ ਜੇ ਦਿਮਾਗ 'ਚ ਆ ਜੇ ਉਹ ਪ੍ਰਮਾਤਮਾ ਨੇ ਹੁੰਦੇ ਜਿਹੜੀ ਅਗਮ ਅਗੋਚਰ ਹੋਵੇ ਉਹ ਪ੍ਰਮਾਤਮਾ ਹੁੰਦੇ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਅਚਲ ਰੂਪ ਅਨਭੋ ਪ੍ਰਕਾਸ਼ ਅਮਿਤੋਜ ਮਿਤੀ ਤੋਂ ਰਹਿਤ ਪ੍ਰਮਾਣ ਤੋਂ ਰਹਿਤ ਉਹਦਾ ਊਜ ਹੈ ਉਹਦੀ ਤਾਕਤ ਹੈ ਉਸ ਵਾਹਿਗੁਰੂ ਦੀ ਤਾਂ ਜਿਹਦੇ ਅੱਗੇ ਸਾਰੇ ਨਿਭਦੇ ਨੇ ਉਹਦੇ ਨਾਲ ਕਿਤੇ ਜੁੜ ਜਾਵੇਂ ਤਾਂ ਮਹਾਰਾਜ ਕਹਿੰਦੇ ਬੜਾ ਲਾਭ ਹੋਵੇ ਤੈਨੂੰ ਹਰ ਸੱਜਣਾ ਦਾਮਣ ਲੱਗਿਆ ਕਿਸੈ ਨਾਂ ਦੇਵਨ ਤੇ ਦੂਸਰਾ ਪਰਮਾਤਮਾ ਦੀ ਇੱਕ ਸਿਫਤ ਆ ਕਿ ਉਹ ਸ਼ਰਨ ਸੂਰ ਆ ਜਿਹੜਾ ਵੀ ਉਹਦਾ ਦਾਮਣ ਫੜ ਲੈਂਦਾ ਹੈ ਜਿਹੜਾ ਵੀ ਉਹਦੇ ਨਾਮ ਰੂਪੀ ਪੱਲੇ ਨੂੰ ਫੜ ਲੈਂਦਾ ਹੈ ਸਾਧ ਸੰਗਤ ਰੂਪੀ ਧਾਮਣ ਫੜ ਲੈਂਦਾ ਹੈ ਉਹਦਾ ਇੱਕ ਗੁਣ ਹੈ ਕਿ ਉਹ ਸ਼ਰਨ ਸੂਰ ਹੈ ਸ਼ਰਨ ਆਏ ਦੀ ਲਾਜ ਰੱਖਦਾ ਹੈ ਇੱਕ ਵਾਰੀ ਉਹਦੇ ਦਰਦਾ ਹੋ ਜੇ ਫਿਰ ਉਹ ਹਿੰਮਤ ਨਹੀਂ ਕਿਸੇ ਦੀ ਕਿਸੇ ਦੀ ਭਾਵ ਜਮ ਦੀ ਉਹ ਕਿਸੇ ਨੂੰ ਆਗਿਆ ਨਹੀਂ ਦਿੰਦਾ ਜਮਦੂਤਾਂ ਨੂੰ ਕਿ ਇਹਨੂੰ ਬੰਨ ਕੇ ਫੜ ਕੇ ਤੁਸੀਂ ਲੈ ਜਾਓ ਉਹ ਆਗਿਆ ਨਹੀਂ ਦਿੰਦਾ ਕਿਸੇ ਵਿਕਾਰਾਂ ਨੂੰ ਕਾਮ ਕ੍ਰੋਧ ਨੂੰ ਕਿ ਇਹਨੂੰ ਬੰਨ ਸਕੋ ਤੁਸੀਂ ਉਹਦਾ ਸੁਭਾਅ ਹੈ ਕਿ ਸ਼ਰਨ ਆਏ ਤਿਸ ਕੰਠ ਲਾਏ ਇੱਕ ਵਾਰੀ ਉਹਦੇ ਦਰਦਾ ਹੋ ਜੇ ਪਰ ਸੰਸਾਰ ਦਾ ਸੁਭਾਅ ਕੀ ਹੈ ਦਿਖਾਉਣ ਦੀ ਲੋੜ ਆ ਸਾਰਿਆਂ ਨੂੰ ਹੀ ਦਿਖ ਗਿਆ ਜਿਹੜੇ ਜਫੀਆਂ ਪਾਪ ਆ ਮਿਲਦੇ ਸੀ ਉਹ ਦੂਰੋਂ ਹੀ ਕਹਿੰਦੇ ਆ ਹੱਥ ਜੋੜ ਦਿੰਦੇ ਤੇ ਜਦੋਂ ਮਹਾਰਾ ਹੀ ਨੇ ਪਹਿਲਾਂ ਕਾਹ ਜੀ ਹੱਥ ਜੋੜਿਆ ਕਰ ਕੀ ਪਤਾ ਅਗਲੇ ਦੀ ਰਹਿਤ ਕਿੱਦਾਂ ਦੀ ਕੀ ਪਤਾ ਅਗਲੇ ਦੀ ਕਿਰਿਆ ਕਿੱਦਾਂ ਦੀ ਸਫਾਈ ਕਿੱਦਾਂ ਦੀ ਮਹਾਰਾ ਹੀ ਨੇ ਕੀ ਆਖਿਆ ਸੀ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬਲਾ ਤੁਸੀਂ ਹੈਰਾਨ ਹੋ ਜਾਓਗੇ ਪਰਮਾਤਮਾ ਦਾ ਸੁਭਾਅ ਹੈ ਵਾਹਿਗੁਰੂ ਦਾ ਸੁਭਾਅ ਹੈ ਇੱਕ ਵਾਰੀ ਜੁੜ ਜਿਏ ਫਿਰ ਸਾਥ ਨਹੀਂ ਛੱਡਦਾ ਤੇ ਕਿਸੇ ਨੂੰ ਵੀ ਆਗਿਆ ਨਹੀਂ ਦਿੰਦਾ ਅਧਿਕਾਰ ਨਹੀਂ ਦਿੰਦਾ ਕਿ ਉਹਦੇ ਪਿਆਰੇ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਜਾਵੇ ਭਾਵੇਂ ਉਹ ਜਾਂ ਮਾਂ ਭਾਵੇਂ ਉਹ ਦੁੱਖ ਭਾਵੇਂ ਉਹ ਰੋਗ ਆ ਭਾਵੇਂ ਉਹ ਸੋਗ ਆ ਭਾਵੇਂ ਉਹ ਕਲੇਸ਼ ਆ ਭਾਵੇਂ ਉਹ ਵਿਕਾਰ ਆ ਕਾਮਕਰੋ ਇੱਕ ਵਾਰੀ ਉਹਦੇ ਨਾਲ ਜੁੜ ਜੇ ਕਿਸੇ ਨਾਲ ਨਹੀਂ ਬੰਨ ਕਿਸੇ ਨੂੰ ਆਗਿਆ ਨਹੀਂ ਦਿੰਦਾ ਵੀ ਬੰਨ ਕੇ ਲੈ ਜਾਏ ਆਪ ਜੀ ਰੋਜ਼ ਕੀਰਤਨ ਸੋਇਲੇ ਦੇ ਜਾਪ ਤੋਂ ਪਹਿਲਾਂ ਰੱਖਿਆ ਦੇ ਸ਼ਬਦਾਂ ਵਿੱਚ ਇੱਕ ਸ਼ਬਦ ਅੰਕਿਤ ਕੀਤਾ ਉਹ ਪੜਦੇ ਹੋਗੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋਂ ਬਣਾ ਤੂੰ ਨਹਿ ਛਟੈ ਨਿਗਤ ਨਾ ਜਾਈਓ ਹਦੂਤ ਜਿੱਥੇ ਗੋਬਿੰਦ ਜੀ ਦਾ ਭਜਨ ਜਿੱਥੇ ਸਾਧ ਸੰਗਤ ਹੁੰਦੀ ਹੋਵੇ ਜਿੱਥੇ ਕੀਰਤਨ ਹੁੰਦਾ ਹੋਵੇ ਜਿੱਥੇ ਨਾਮ ਜਪਣ ਵਾਲਾ ਹੋਵੇ ਧਰਮ ਰਾਜਾ ਜਾਂ ਯਮ ਰਾਜਾ ਆਪਣੇ ਦੂਤਾਂ ਨੂੰ ਜਮਦੂਤਾਂ ਨੂੰ ਕਹਿੰਦਾ ਨਾ ਤੁਸੀਂ ਜਾਇਓ ਤੇ ਨਾਮ ਮੈਂ ਜਾਣਾ ਉੱਥੇ ਨਹੀਂ ਜਾਣਾ ਜੇ ਚਲੇ ਗਏ ਤੇ ਪਰਮਾਤਮਾ ਦੀ ਇੱਕ ਪ੍ਰਤਿਗਿਆ ਵਾ ਕਿ ਮੈਂ ਨਾ ਤੈਨੂੰ ਛੱਡੂਗਾ ਨਾ ਤੇਰੇ ਸੇਵਕਾਂ ਨੂੰ ਛੱਡੂਗਾ ਇਹ ਗੁਰਬਾਣੀ ਵਿੱਚ ਅੰਕਤ ਆ ਕਿਸੇ ਵੇਦ ਚ ਨਹੀਂ ਕਿਸੇ ਪ੍ਰਾਣ ਚ ਨਹੀਂ ਕਿਸੇ ਸ਼ਾਸਤਰ ਚ ਨਹੀਂ ਕੁਰਾਨ ਚ ਨਹੀਂ ਪੁਰਾਣ ਚ ਨਹੀਂ ਇਹ ਗੁਰਬਾਣੀ ਚ ਲਿਖਿਆ ਹੋਇਆ ਹੈ ਇਹ ਗੁਰਬਾਣੀ ਦੀ ਪ੍ਰਤਿਗਿਆ ਲਿਖੀ ਹੋਈ ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ ਕਿ ਜਿਹੜਾ ਵੀ ਉਹਦੇ ਨਾਲ ਜੁੜ ਜਾਂਦਾ ਹੈ ਤਾਂ ਐਸਾ ਸਰਨ ਸੂਰ ਹੈ ਸ਼ਰਨ ਆਏ ਦੀ लाज ਰੱਖਣ ਵਾਲਾ ਕਿ ਫੇਰ ਕਿਸੇ ਨੂੰ ਵੀ ਅੱਖ ਝੋਕੇ ਉਹਦੇ ਵੱਲ ਵੇਖਣ ਨਹੀਂ ਦਿੰਦਾ ਮਾਨਕ ਮੋਤੀ ਨਾਮ ਪ੍ਰਭ ਉਨਾ ਲਗੈ ਨਹੀਂ ਸਾਨਾ ਤੁਹਾਰੇ ਕੀ ਕਹਿੰਦੇ ਦੇ ਕਿ ਗੁਰੂ ਕੇ ਪਿਆਰਿਆ ਉਸ ਪਰਮੇਸ਼ਰ ਦਾ ਜੁੜਜ ਇੱਕ ਜਿਹੜਾ ਸਰਵ ਸ਼ਕਤੀਮਾਨ ਦੂਸਰਾ ਜਿਹੜਾ ਸਰਨ ਸੂਰ ਹੈ ਹਰ ਸੱਜਣ ਦਾ ਆਵਣ ਲਗਿਆ ਤੇ ਦਾਸ ਦੇਖਦਾ ਪਿਆ ਸੀ ਗੁਰਬਾਣੀ ਤਿੰਨ ਕਾਲ ਸਤ ਗੁਰਬਾਣੀ ਪਹਿਲਾਂ ਵੀ ਸੱਚੀ ਸੀ ਹੁਣ ਵੀ ਸੱਚੀ ਹੈ ਆਉਣ ਵਾਲੇ ਸਮੇਂ 'ਚ ਜਿੰਨੀ ਮਰਜ਼ੀ ਸਾਇੰਸ ਤਰੱਕੀ ਜਾ ਕਰ ਜਾਵੇ ਪਰ ਗੁਰਬਾਣੀ ਝੂਠੀ ਨਹੀਂ ਹੋਣੀ ਇਹ ਫੇਰ ਸੱਚੀ ਦੀ ਸੱਚੀ ਹੈ ਕਿਵੇਂ ਆਪਾਂ ਸੱਜਣ ਤੇ ਬੜੇ ਬਣਾਏ ਨੇ ਦੁਨੀਆਂ 'ਚ ਤੇ ਗੁਰੂ ਗ੍ਰੰਥ ਸਾਹਿਬ 'ਚ ਨਾ ਇੱਕ ਪੰਗਤੀ ਆਉਂਦੀ ਆ ਵੀ ਸੱਜਣ ਉਹ ਆ ਜਿਹੜਾ ਇੱਥੇ ਵੀ ਕੰਮ ਆਵੇ ਤੇ ਅੱਗੇ ਵੀ ਕੰਮ ਆਵੇ ਪ੍ਰਲੋਗ 'ਚ ਵੀ ਕੰਮ ਆਵੇ ਇੱਕ ਸੱਜਣ ਤੇ ਉਹ ਆ ਨਾ ਜਿਹੜੇ ਇੱਥੇ ਆ ਜਿਵੇਂ ਪਰਿਵਾਰ ਹੋ ਗਿਆ ਇੱਕ ਤੇ ਹੋਗੇ ਨਾ ਮਿੱਤਰ ਉਹ ਹੋ ਸਕਦਾ ਪ੍ਰੇਮੀ ਵੀ ਹੋਣ ਤੇ ਹੋ ਸਕਦਾ ਮਤਲਬੀ ਵੀ ਹੋਣ ਹਰ ਤਰ੍ਹਾਂ ਦੇ ਹੁੰਦੇ ਪੰਜੇ ਉਂਗਲਾਂ ਇੱਕੋ ਜੀਆਂ ਨੇ ਮਿੱਤਰ ਦੂਰ ਮਿੱਤਰਾਂ ਤੋਂ ਨੇੜੇ ਕੀ ਆ ਫੈਮਿਲੀ ਪਰਿਵਾਰ ਉਹਦੇ ਤੋਂ ਨੇੜੇ ਕੌਣ ਆ ਕੋਈ ਵੀ ਨਹੀਂ ਪਰ ਗੁਰਬਾਣੀ ਕਹਿੰਦੀ ਐ ਜਿਨ੍ਹਾਂ ਨੂੰ ਤੂੰ ਸੱਜਣ ਬਣਾਇਆ ਐ ਨਾ ਇਹ ਤੈਨੂੰ ਮੈਂ ਦਿਖਾਉਂਗੀ ਗੁਰਬਾਣੀ ਕਹਿੰਦੀ ਐ ਵੀ ਮੈਂ ਤੈਨੂੰ ਦਿਖਾਉਂਗੀ ਕਿ ਸਭ ਤੇਰਾ ਇੱਕ ਜਗ੍ਹਾ ਸਾਥ ਛੱਡਣਗੇ ਜਦੋਂ ਕਿਸੇ ਦੇ ਸਿਰ ਤੇ ਪਈ ਪਹਿਲਾਂ ਨਭਾਉਣਗੇ ਪਰ ਜਿੱਦਣ ਆਪਦੀ ਜਾਨ ਤੇ ਪੈ ਗਈ ਨਾ ਵੀ ਇਹਦੇ ਕਰਕੇ ਮੇਰਾ ਮਰਨਾ ਵਾ ਫੇਰ ਪਛਾਹ ਹੋ ਜਾਣਗੇ ਉਤੋਂ ਪਹਿਲਾਂ ਨਭਾਉਣਗੇ ਸਭ ਕੁਝ ਪਰ ਜਿੱਦਣ ਮੇਰੀ ਜਾਨ ਨੂੰ ਤੂੰ ਖਤਰਾ ਬਣ ਗਿਆ ਫੇਰ ਕੋਈ ਸੱਜਣ ਨਹੀਂ ਤੇ ਦੇਖ ਲਓ ਫਿਰ ਰਹਿੰਦੇ ਵੀ ਘਰ ਚ ਇਕੱਠੇ ਆ ਤੇ ਰੱਖੇ ਵੀ ਵੱਖੋ ਵੱਖਰੇ ਐ ਵੀ ਇਕੱਠੇ ਆ ਵੀ ਵੱਖਰੇ ਲੱਗੇ ਵੀ ਨਹੀਂ ਜਾਣਾਂ ਉਹੀ ਪੋਤਾ ਉਹੀ ਧੀ ਉਹੀ ਮਾਵਾ ਉਹੀ ਪਿਓ ਆ ਉਹੀ ਭਰਾ ਵਾ ਅਗਲਿਆਂ ਸਿੱਧਾ ਰਿਸ਼ਤੇਦਾਰਾਂ ਨੂੰ ਮੈਸੇਜ ਕਰਤਾ ਵੀ ਘਰ ਦਾ ਵੜਿਓ ਬੇਇੱਜ਼ਤੀ ਤੇ ਤੁਸੀਂ ਜ਼ਿੰਮੇਵਾਰ ਹੋਗੇ ਜੇ ਅਸੀਂ ਨਾ ਵੜਿਆ ਤੇ ਗੱਲ ਆ ਗਈ ਨਾ ਇੱਥੋਂ ਤੱਕ ਗੁਰਬਾਣੀ ਨੇ ਅੱਜ ਸਾਰੀ ਦੁਨੀਆ ਨੂੰ ਸਾਹਮਣੇ ਵਿਖਾਤਾ ਕਿ ਸੱਜਣਾ ਇਹ ਸੱਜਣ ਨਹੀਂ ਜਿਹੜੀਆਂ ਕੁਝ ਮੌਤਾਂ ਹੋਈਆਂ ਮਾਰਾ ਕਿਰਪਾ ਕਰੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਰੋਨਾ ਵਾਇਰਸ ਜਿਹੜੀਆਂ ਮੌਤਾਂ ਹੋਈਆਂ ਗੁਰੂ ਕਿਰਪਾ ਕਰੇ ਵਾਹਿਗੁਰੂ ਕਿਰਪਾ ਕਰੇ ਆਪਣੇ ਦਰ ਤੇ ਉਹਨਾਂ ਨੂੰ ਜਗ੍ਹਾ ਦੇਵੇ ਪਿੱਛੇ ਪਰਿਵਾਰ ਨੂੰ ਤਾਕਤ ਦੇਵੇ ਉਹਨਾਂ ਦਾ ਘਾਟਾ ਪੂਰਾ ਨਹੀਂ ਹੋਣਾ ਨਾ ਕਿਸੇ ਤੋਂ ਕਰਿਆ ਜਾਣਾ ਪਰ ਉਹ ਸੱਜਣ ਜਿਹੜੀ ਮੌਤ ਇਸ ਬਿਮਾਰੀ ਨਾਲ ਹੋਗੀ ਉਹਦੇ ਸੰਸਕਾਰ ਤੇ ਕੋਈ ਵੀ ਨਹੀਂ ਜਾ ਸਕਦਾ ਤੇ ਗੁਰਬਾਣੀ ਨੇ ਦੱਸਿਆ ਸੀ ਇਹਨਾਂ ਤੈਨੂੰ ਜਿਉਂਦੇ ਛੱਡਣਾ ਵਾ ਅਸੀਂ ਕਹਿੰਨੇ ਸੀ ਐਵੇਂ ਮਰੀ ਜਾਂਦੇ ਆ ਸਾਧ ਐਵੇਂ ਜੋ ਆਉਂਦਾ ਲਿਖ ਦਿੰਦੇ ਜੋ ਆਉਂਦਾ ਵਿਚਾਰ ਦਿੰਦੇ ਕਿ ਕਦੋਂ ਬਈ ਇਹ ਤਾਂ ਮੇਰਾ ਪਰਿਵਾਰ ਆ ਅੱਜ ਰੱਬ ਨੇ ਸਾਰੀ ਦੁਨੀਆ ਨੂੰ ਵਿਖਾਤਾ ਇਹੋ ਜੀ ਨਾਮੁਰਾਦ ਬਿਮਾਰੀ ਚਿੰਬੜ ਗਈ ਤੇ ਟੱਬਰ ਬਣੀ ਤੇਰੇ ਸਸਕਾਰ ਤੇ ਹੱਥ ਲਾਉਣ ਨੂੰ ਵੀ ਨਹੀਂ ਜਾਣਾ। ਨਾ ਹੀ ਅਗਲਿਆਂ ਲੱਗਣ ਵੀ ਦੇਣਾ। ਜਿੱਥੇ ਹੋਣਗੇ ਸਿਸਟਮ ਥੋੜੇ ਬਹੁਦੇ ਉੱਥੇ ਭਾਵੇਂ ਨੇੜੇ ਚਲੇਗੇ ਹੁਣ ਨਹੀਂ ਤੇ ਮੁਸ਼ਕਲ ਗੱਲ ਹੈ। ਖਤਰਾ ਹੈ ਦੂਸਰਿਆਂ ਨੂੰ। ਤਾਂ ਗੁਰਬਾਣੀ ਤਿੰਨ ਕਾਲ ਸੱਤ ਹੈ। ਇਹ ਭਲੇਖਾ ਕੱਢ ਦੋ ਵੀ ਪਹਿਲਾਂ ਸੱਚੀ ਹੋਊਗੀ ਹੁਣ ਨਹੀਂ ਲਾਗੂ ਹੁੰਦੀ। ਹੁਣ ਸਾਇੰਸ ਨੇ ਤਰੱਕੀ ਕਰ ਲਈ। ਹੁਣ ਲਾਗੂ ਹੁੰਦੀ ਆ ਗਾਂ ਨਹੀਂ ਹੋਣੀ ਗਾਂ ਸਾਇੰਸ ਨੇ ਜ਼ਿਆਦੀ ਤਰੱਕੀ ਕਰ ਲੈਣੀ। ਨਹੀਂ। ਗੁਰਬਾਣੀ ਕੀ ਕਹਿੰਦੀ ਆ ਸੱਜਣ ਕੌਣ ਆ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਾਂ ਸੱਜਣ ਕੌਣ ਐ ਜਿਹੜਾ ਲੋਕ ਪ੍ਰਲੋਗ ਚ ਮੇਰੀ ਬਾਹ ਫੜੇ ਤਾਂ ਐਸਾ ਸੱਜਣ ਕੌਣ ਐ ਵਾਹਿਗੁਰੂ ਪਰਮੇਸ਼ਰ ਗੁਰੂ ਕੀ ਬਾਣੀ ਨਾਮ ਸੇਵਾ ਸਿਮਰਨ ਤਾਂ ਮਹਾਰਾਜ ਕਹਿੰਦੇ ਫਿਰ ਨਾਮ ਦੀ ਕਮਾਈ ਕਰ। ਬਾਕੀ ਸਭ ਛੱਡ ਜਾਣਗੇ। ਸੇਵਾ ਕਰ। ਇਹਨਾਂ ਤੈਨੂੰ ਛੱਡਣਾ ਨਹੀਂ। ਤਾਂ ਮਹਾਰਾਜ ਨੂੰ ਪੁੱਛਿਆ ਜੀ ਕਿਦਾਂ? ਤਾਂ ਫਿਰ ਸਤਿਗੁਰੂ ਕਹਿੰਦੇ ਹਨ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ। ਪਰਮਾਤਮਾ ਦਾ ਨਾਮ ਮਾਣਕ ਮੋਤੀ ਇਹ ਬੜੀਆਂ ਮਹਿੰਗੀਆਂ ਚੀਜ਼ਾਂ ਨੇ ਹੀਰੇ ਮੋਤੀ ਗਹਿਣੇ। ਪਰ ਵਾਹਿਗੁਰੂ ਦੇ ਪਿਆਰਿਆਂ ਵਾਸਤੇ ਸਭ ਤੋਂ ਬਹੁਮੁੱਲੀ ਚੀਜ਼ ਮਹਿੰਗੀ ਚੀਜ਼ ਰੱਬ ਦਾ ਨਾਮ ਹੈ ਸਾਡੇ ਵਾਸਤੇ ਕੀ ਆ ਮਾਨਕ ਮੋਤੀ ਹੀਰੇ ਮੋਤੀ ਸੋਨਾ ਚਾਂਦੀ ਇਹ ਸਭ ਤੋਂ ਅਹਿਮियत ਰੱਖਦੇ ਸਾਡੀ ਜ਼ਿੰਦਗੀ 'ਚ ਪਰ ਵਾਹਿਗੁਰੂ ਦੇ ਪਿਆਰੇ ਵਾਸਤੇ ਨਾਮ ਹੀ ਜਿਹੜਾ ਵਾ ਉਹ ਹੀਰੇ ਮੋਤੀਆਂ ਦੇ ਤੁਲ ਮਹਿੰਗਾ ਹੈ ਤੇ ਅਹਿਮियत ਰੱਖਣ ਵਾਲਾ ਹੈ ਤੇ ਇਸ ਨਾਮ ਦੀ ਇੱਕ ਖਾਸੀਅਤ ਆ ਕਿ ਜਿਹੜਾ ਦੁਨਿਆਵੀ ਧਾਨਾ ਨਾ ਇਹ ਚੋਰੀ ਹੋਣ ਦਾ ਡਰ ਹੈ ਪੈਸਾ ਪਿਆ ਵਾ ਤੇ ਸਮਝੋ ਸਿਆਪਾ ਆਇਆ ਹੀ ਖੜਿਆ ਅੱਜ ਨਾ ਕੱਲ ਆਉਣਾ ਹੀ ਆਉਣਾ ਹੈ ਮਾਇਆ ਪਈ ਆ ਸਿਆਪਾ ਪਿਆ ਹੀ ਖੜਿਆ ਜਿੱਥੇ ਮਾਇਆ ਹੈ ਨਹੀਂ ਉੱਥੇ ਚੀਕਾਂ ਨਿਕਲਦੀਆਂ ਗੁਰਬਾਣੀ ਕਹਿੰਦੀ ਹੈ ਦੁਖੀ ਜਿੱਥੇ ਹੈਗੀ ਆ ਉਹ ਵੀ ਦੁਖੀ ਆ ਜੇ ਪੁੱਛੀਏ ਜੀ ਉਹ ਕਿਉਂ ਦੁਖੀ ਹੈ ਉਹਨੂੰ ਸਾਹਮਣੇ ਦੀ ਟੈਨਸ਼ਨ ਪਈ ਵੀ ਹੁਣ ਇਹ ਚਲਿਆ ਨਾ ਜਾਵੇ ਜਦੋਂ ਕੋਈ ਮੰਗਦਾ ਤੇ ਸਿੱਧਾ ਛਾਤੀ ਨੂੰ ਦਿਲ ਨੂੰ ਹੱਥ ਪੈ ਜਾਂਦਾ ਆਂਦਰਾਂ ਨੂੰ ਜਾਨ ਨਿਕਲਦੀ ਇਹਨੇ ਕਿੱਥੋਂ ਪੈਸੇ ਮੰਗ ਲੇ ਦੇਣੇ ਪੈਣੇ ਹੁਣ ਮੈਨੂੰ ਇਹਨੂੰ ਔਰ ਇੱਕ ਨਾਮ ਰੂਪੀ ਧਨ ਇੱਕ ਨਾਮ ਰੂਪੀ ਪੈਸਾ ਵਾ ਇਹ ਚੋਰੀ ਨਹੀਂ ਹੁੰਦਾ ਇਹਨੂੰ ਕੋਈ ਲਜਾ ਨਹੀਂ ਸਕਦਾ ਇਹਦੇ 'ਚ ਠੱਗੀ ਨਹੀਂ ਵੱਜਦੀ ਇਹਤੇ ਟੈਕਸ ਨਹੀਂ ਲੱਗਦਾ ਦੁਨਿਆਵੀ ਪੈਸੇ 'ਚ ਕੁਝ ਖਾਮੀਆਂ ਵਾ ਹੈ ਉਹ ਵੀ ਪੈਸਾ ਤਾਂ ਇੱਥੇ ਬਰਾਬਰਤਾ ਵੀ ਹੋ ਸਕਦੀ ਨਾ ਨਾਮ ਵੀ ਧਨ ਆ ਮਾਇਆ ਵੀ ਧਨ ਕਿੰਦੇ ਕੁਝ ਫਰਕ ਹੈ ਦੁਨਿਆਵੀ ਧਨ ਚੋਰੀ ਹੋ ਸਕਦਾ ਟੈਕਸ ਲੱਗ ਸਕਦਾ ਹੈ ਨੁਕਸਾਨ ਹੋ ਸਕਦਾ ਪਰ ਨਾਮ ਰੂਪੀ ਧਨ ਨਾ ਚੋਰੀ ਹੁੰਦਾ ਹੈ ਨਾ ਟੈਕਸ ਲੱਗਦਾ ਹੈ ਨਾ ਖਤਮ ਹੁੰਦਾ ਹੈ ਤੇ ਜਿੰਨਾ ਵਰਤੀਏ ਓਨਾ ਵੱਧ ਦੁਨਿਆਵੀ ਪੈਸਾ ਹੈ 50 ਰੁਪਏ ਨੇ 10ਾਂ ਦੀ ਚੀਜ਼ ਲੈ ਲਈ ਘਟ ਗਏ 40 ਹੀ ਰਹਿ ਗਏ 20ਾਂ ਦੀ ਲੈਲੀ ਵੀ ਰਹਿ ਗਏ ਦਸਾਂ ਦੀ ਲੈ ਲਈ 10 ਮੁੱਕਦੇ ਹੀ ਜਾਂਦੇ ਜਿੱਦਾਂ ਵਰਤਦੇ ਜਾਓ ਵਰਤਦੇ ਜਾਓ ਮੁੱਕੀ ਜਾਂਦੇ ਆ ਨਾਮ ਰੂਪੀ ਧਨ ਕਿਦਾਂ ਦਾ ਜਿੰਨਾ ਵਰਤੋਗੇ ਉਨਾ ਹੀ ਵਧਦਾ ਜਾਂਦਾ ਤੇ ਵਰਤਣਾ ਕੀ ਆ ਜਪਣਾ ਵਰਤਣਾ ਕੀ ਆ ਜਪਾਉਣਾ ਜਿੰਨਾ ਜਪਦੇ ਰਹੋ ਜਪਾਉਂਦੇ ਰਹੋ ਉਨਾ ਹੀ ਵਧਦਾ ਜਾਂਦਾ ਦਾ ਮਾਰਾ ਹੀ ਕਹਿੰਦੇ ਨੇ ਕਿ ਗੁਰੂ ਕੇ ਪਿਆਰਿਓ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹੋ ਧਨ ਅਖੁਟ ਨਾਨਖੁਟੇ ਨਾ ਜਾਏ ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾ ਇਸ ਧਨ ਕੋ ਤਸਕਰ ਜੋਹੇ ਨਾ ਸਕੈ ਇਹ ਇਸ ਨਾਮ ਰੂਪੀ ਧਨ ਨੂੰ ਤਾਂ ਅੱਖ ਚੁੱਕ ਕੇ ਵੀ ਨਹੀਂ ਕੋਈ ਵੇਖ ਸਕਦਾ ਐਸਾ ਨਾਮ ਰੂਪੀ ਧਨ ਤਾਂ ਸ਼ੁਭ ਗੁਣਾਂ ਨੂੰ ਕਦੀ ਵੀ ਸਨ ਨਹੀਂ ਲੱਗਦੀ ਮਹਾਰਾਜ ਕਹਿੰਦੇ ਦੂਰ ਨਹੀਂ ਹੁੰਦੇ ਹਨ ਰੰਗ ਸਬੇ ਨਾਰਾਇਣ ਜੀਤੇ ਮਨ ਪਾਵਨ ਜਿੰਨੇ ਵੀ ਰੰਗ ਦੇ ਨਾਮ ਜਪਣ ਵਾਲੇ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਉਹਨੂੰ ਸਾਰੇ ਹੀ ਆਨੰਦਾਂ ਦੇ ਵਿੱਚੋਂ ਰੰਗਾਂ ਦੇ ਵਿੱਚੋਂ ਪਰਮੇਸ਼ਰੀ ਪਾਸਦਾ ਆਪ ਜੀ ਗੁਰਬਾਣੀ ਦੇ ਕਿਤੇ ਸ਼ਬਦ ਪੜ੍ਹ ਕੇ ਦੇਖੋ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਜਿਸ ਦਾ ਮਨ ਵਾਹਿਗੁਰੂ ਦੇ ਰੰਗ ਚ ਰੰਗਿਆ ਗਿਆ ਉਹਦੇ ਵਾਸਤੇ ਇਹ ਹੀ ਭੋਜਨ ਤੇ ਪੁਸ਼ਾਕਾਂ ਨੇ ਜੋੜੇ ਮੈਨੇ ਪੁਸ਼ਾਕਾਂ ਵਧੀਆ ਖਾਣੇ ਖਾਣੇ ਤੇ ਮਹਿੰਗੇ ਤੋਂ ਮਹਿੰਗੇ ਕੱਪੜੇ ਪੋਣੇ ਇਹ ਹੀ ਪੁਸ਼ਾਕਾਂ ਉਹਦੇ ਵਾਸਤੇ ਕੀ ਮਨ ਜਦੋਂ ਰੰਗਿਆ ਜਾਵੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ ਵਧੀਆ ਸਵਾਰੀਆਂ ਤੇ ਚੜਨਾ ਉਹਦੇ ਵਾਸਤੇ ਪ੍ਰਭੂ ਦੇ ਨਾਮ ਦੀ ਪ੍ਰੀਤੀ ਹੈ। ਉਹਦੇ ਅੱਗੇ ਇਹ ਕੁਝ ਵੀ ਨਹੀਂ। ਫੇਰ ਰਾਜ ਮਿਲਖ ਸ਼ਿਕਦਾਰੀਆਂ ਇਹ ਬਾਦਸ਼ਾਹੀਆਂ ਇਹ ਚੌਧਰਤਾ ਜੋ ਵੀ ਹੈ ਇਹ ਕੁਰਸੀਆਂ ਉਹਦੇ ਵਾਸਤੇ ਕੀ ਹੈ ਧਿਆਏ ਮੁਖ ਨਾ ਮੋੜੇ ਜਦੋਂ ਉਹਦਾ ਮਾਨ ਅੱਕਦਾ ਨਹੀਂ ਟੁੱਟਦਾ ਨਹੀਂ ਨਾਮ ਜਪਦਿਆਂ ਉਹਦੇ ਵਾਸਤੇ ਇਹੀ ਹੈ ਸਭ ਕੁਝ ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ ਜਿਹੜੇ ਨਾਮ ਜਪਣ ਲੱਗ ਪੈਂਦੇ ਉਹਨਾਂ ਦੀ ਨਿਗਾਹ ਦੇ ਵਿੱਚ ਰੰਗ ਸਭੇ ਨਾਰਾਇਣ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਹੀ ਆਨੰਦ ਆ ਜਾਂਦੇ ਹਨ ਜਿੰਨੇ ਵੀ ਮਾਨ ਨੂੰ ਭਾਉਂਦੇ ਉਹਨਾਂ ਤੇ ਐਸੀ ਕਿਰਪਾ ਹੋ ਜਾਂਦੀ ਹੈ ਕਿ ਨਾਮ ਵਿੱਚ ਹੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਤੇ ਉਹਨਾਂ ਦੀ ਨਿਗਾਹ ਵਿੱਚ ਸਰਵ ਸ਼ਕਤੀਮਾਨ ਪਰਮਾਤਮਾ ਹੀ ਹੈ ਐਸੀ ਉੱਚੀ ਦ੍ਰਿਸ਼ਟੀ ਬਣ ਜਾਂਦੀ ਹੈ ਕਿ ਵਾਹਿਗੁਰੂ ਜੋ ਚਾਹੁੰਦਾ ਹੈ ਉਹ ਕਰਦਾ ਹੈ ਤੇ ਕਰ ਸਕਦਾ ਹੈ ਤੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੀਵ ਉਹ ਵੀ ਉਹੀ ਕਰਦੇ ਨੇ ਜੋ ਵਾਹਿਗੁਰੂ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹਨਾਂ ਦੀ ਅਵਸਥਾ ਭਾਣੇ 'ਚ ਪਰਪੱਕ ਹੋ ਜਾਂਦੀ ਹੈ ਆਪਾਂ ਪੜਦੇ ਹਾਂ ਰੋਜ਼ ਜੋ ਤੁਦ ਭਾਵੈ ਸਹੀ ਭਲੀਕਾਰ ਜੋ ਵੀ ਤੈਨੂੰ ਚੰਗਾ ਲੱਗਦਾ ਹੈ ਆਪਾਂ ਤਾਂ ਕਹਿੰਦੇ ਨਾ ਇਹ ਨਹੀਂ ਮੈਨੂੰ ਚੰਗਾ ਲੱਗਦਾ ਪਰ ਪ੍ਰਮਾਤਮਾ ਜੋ ਕਰੇ ਪ੍ਰਮਾਤਮਾ ਦੇ ਪਿਆਰਿਆਂ ਨੂੰ ਚੰਗਾ ਲੱਗਦਾ ਹੈ ਸਾਨੂੰ ਸਿਰਫ ਸੁੱਖ ਚੰਗਾ ਲੱਗਦਾ ਹੈ ਦੁੱਖ ਨਹੀਂ ਚੰਗਾ ਲੱਗਦਾ ਉਹਨਾਂ ਵਾਸਤੇ ਸਭ ਕੁਝ ਹੀ ਭਲੀਕਾਰ ਹੈ ਜਾਂ ਕਿਤੇ ਕਿਤੇ ਗੁਰਬਾਣੀ ਦੇ ਵਿੱਚ ਇਹੋ ਜੇ ਬਚਨ ਬੜੇ ਉੱਚੇ ਕੀਮਤੀ ਵਿਚਾਰ ਆਉਣਗੇ ਜਿਹੜੇ ਮਨ ਨੂੰ ਢੈਂਦੀ ਕਲਾ ਚੋਂ ਚੁੱਕ ਕੇ ਚੜ੍ਹਦੀ ਕਲਾ ਚ ਲੈ ਜਾਂਦੇ ਆ ਕਰੋਨਾ ਵਾਇਰਸ ਜਿਹੜੀ ਬਿਮਾਰੀ ਚੱਲਦੀ ਪਈ ਹੈ ਮਹਾਮਾਰੀ ਸਾਰੀ ਦੁਨੀਆ ਡਰ ਗਈ ਪਰ ਮੇਰੀ ਆਪਣੀ ਥਿੰਕਿੰਗ ਆ ਕਿ ਜਿਹੜੇ ਗੁਰੂ ਕੇ ਪਿਆਰੇ ਹੋਣਗੇ ਉਹਨਾਂ ਨੂੰ ਇਹਦੇ ਵਿੱਚੋਂ ਵੀ ਲਾਭ ਮਿਲੇਗਾ ਜਿਨਨੇ ਸੰਥਿਆ ਨਹੀਂ ਕੀਤੀ ਉਹ ਘਰੇ ਬਹਿ ਕੇ ਸੰਥਿਆ ਕਰੂਗਾ ਤਿੰਨ ਮਹੀਨੇ ਹੋ ਗਏ ਬੈਠੇ ਤੇ ਹੈਗੇ ਆ ਵਿਲੇ ਜਿੰਨੂੰ ਜਗਜੀਤ ਸਾਹਿਬ ਜ਼ੁਬਾਨੀ ਚੇਤੇ ਨਹੀਂ ਉਹ ਜ਼ੁਬਾਨੀ ਚੇਤੇ ਕਰ ਲੂਗਾ ਕੋਈ ਸੰਥਿਆ ਕਰੇ ਕੋਈ ਸਹਿਜ ਪਾਠ ਕਰੇ ਕੋਈ ਨਿਤਨੇਮ ਜ਼ੁਬਾਨੀ ਚੇਤੇ ਕਰੇ ਕੋਈ ਕੀਰਤਨ ਸਿੱਖੇ ਲਾਭ ਲਵੇ ਇਹ ਤਾਂ ਨਾ ਇੱਕ ਚਪੇੜ ਆ ਰੱਬ ਦੀ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਕਾਕਾ ਜਦੋਂ ਰੱਬ ਮਾਰਦਾ ਨਾ ਪਤਾ ਨਹੀਂ ਲੱਗਦਾ ਪਰ ਚੀਕਾਂ ਬੜੀਆਂ ਨਿਕਲਦੀਆਂ ਰੱਬ ਦੀ ਮਾਰ ਦੇਖਦੀ ਨਹੀਂ ਹੁੰਦੀ ਜਦੋਂ ਮਾਰਦਾ ਹੈ ਉਹ ਗੱਲਾਂ ਅੱਜ ਬਜ਼ੁਰਗਾਂ ਦੀਆਂ ਤੁਸੀਂ ਦੇਖ ਰਹੋਗੇ ਵੀ ਸੱਚ ਹੁੰਦੀਆਂ ਜਾਪਦੀਆਂ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਗੁਰੂ ਤਰਸ ਕਰੇ ਇਹਦੇ ਵਿੱਚੋਂ ਵੀ ਕੁਝ ਲਾਭ ਮਿਲ ਜੇ ਵੀ ਬਹਿਣਾ ਤੇ ਹੈ ਹੀ ਆ ਘਰੇ ਬੈਠੇ ਹੀ ਹੋ ਟੀਵੀ ਵੇਖਦੇ ਰਹਿੰਦੇ ਪਹਿਲਾਂ ਨਹੀਂ ਸੀ ਵੇਖਿਆ ਇਹਦੇ ਨਾਲ ਉਹ ਕੋ ਕਥਾ ਕਰੇ ਕੀਰਤਨ ਸਿੱਖ ਲੇ ਨਿਤਨੇਮ ਸਿੱਖ ਲੇ ਕੀਰਤਨ ਸਿੱਖ ਲੇ ਗੁਰਬਾਣੀ ਕੰਠ ਕਰ ਲਵੇ ਤੇ ਹੱਸ ਕੇ ਬਾਝ ਦੱਸਿਓ ਜਦੋਂ ਕੋਈ ਕਹੂਗਾ ਕਰੋਨਾ ਵਾਇਰਸ ਨੇ ਮੇਰਾ ਇਨਾ ਨੁਕਸਾਨ ਕੀਤਾ ਤਾਂ ਤੁਸੀਂ ਵੀ ਕਿਓ ਵੀ ਦੁਨਿਆਵੀ ਤੌਰ ਤੇ ਤੇ ਪੈਸਿਆਂ ਦਾ ਸਾਨੂੰ ਵੀ ਘਾਟਾ ਪਿਆ ਪਰ ਸਾਨੂੰ ਫਾਇਦਾ ਵੀ ਕਰ ਗਿਆ ਉਹ ਪੁੱਛੂ ਕੀ ਮੈਂ ਜ਼ਬਾਨੀ ਸੁਗਮਣੀ ਸਾਹਿਬ ਚੇਤੇ ਕਰ ਲਿਆ ਤਿੰਨ ਮਹੀਨੇ ਬੈਠੇ ਘਰੇ ਵੇਲੇ ਕੰਮ ਤੇ ਕੋਈ ਆਇਆ ਨਹੀਂ ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ ਵੀ ਉਹ ਗੁਰੂ ਕੇ ਪਿਆਰੇ ਐਸੀ ਉਹਨਾਂ ਦੀ ਬਾਣੇ ਚ ਦ੍ਰਿਸ਼ਟੀ ਪੱਕ ਜਾਂਦੀ ਵਿਸ਼ਵਾਸ ਪੱਕ ਜਾਂਦਾ ਉਹ ਕਹਿੰਦੇ ਰੱਬ ਕਦੀ ਮਾੜਾ ਕਰ ਹੀ ਨਹੀਂ ਸਕਦਾ ਮਾੜਾ ਬੰਦੇ ਕਰਕੇ ਹੁੰਦਾ ਹੈ ਪ੍ਰਮਾਤਮਾ ਕਰਕੇ ਕਦੀ ਨਹੀਂ ਹੁੰਦਾ ਜੋ ਹਰ ਲੋੜੇ ਸੋਈ ਸੋਹ ਕਰੇ ਸੋਈ ਜੀ ਕਰਨ ਉਹ ਜੋ ਚਾਹੁੰਦਾ ਕਰਦਾ ਉਹੀ ਜੀਵ ਕਰਦੇ ਤੇ ਜੋ ਕਰਦਾ ਜੋ ਤੁਦ ਭਾਵੈ ਉਹ ਭਲਾਈ ਕਰਦਾ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਨਾਮ ਜਪਣ ਵਾਲਿਆਂ ਦੀ ਜੋ ਪ੍ਰਭੂ ਕੀਤੇ ਆਪਣੇ ਸੇਹੀ ਕਹੀ ਹੈ ਤਨ ਤੇ ਜਿਨ੍ਹਾਂ ਨੂੰ ਐਸੀ ਬਰਕਤ ਨਾਮ ਜਪਣ ਦੀ ਸੇਵਾ ਕਰਨ ਦੀ ਸਿਮਰਨ ਕਰਨ ਦੀ ਦੇ ਦਿੰਦਾ ਹੈ ਇਸ ਬਰਕਤ ਦੇ ਨਾਲ ਆਪਣੇ ਬਣਾ ਲੈਂਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਸੇ ਕਹੀਏ ਧਨ ਧਨ ਦਾ ਅਰਥ ਕੀ ਹੁੰਦਾ ਉਸਤਤ ਉਹ ਗੁਰੂ ਕੇ ਪਿਆਰੇ ਉਸਤਤ ਜੋਗ ਹੋ ਜਾਂਦੇ ਇੱਕ ਸਵਾਲ ਜਿਹਾ ਉੱਠਦਾ ਨਾ ਜੀ ਤੁਸੀਂ ਸੰਤਾਂ ਦੀਆਂ ਤਸਵੀਰਾਂ ਲਾਉਦੇ ਇਹ ਦੇਹਧਾਰੀ ਪੂਜਾਂ ਦੇ ਇਹ ਮੂਰਤੀ ਪੂਜਾ ਨਹੀਂ ਪਰ ਇੱਥੇ ਗੁਰਬਾਣੀ ਜਵਾਬ ਦਿੰਦੀ ਜੀ ਤੁਸੀਂ ਨਾਮ ਜਪਣ ਵਾਲੇ ਗੁਰਸਿੱਖਾਂ ਨੂੰ ਸਿੰਘ ਸਾਹਿਬ ਭਾਈ ਸਾਹਿਬ ਸੰਤ ਜੀ ਭਗਤ ਜੀ ਗਿਆਨੀ ਜੀ ਬੜਾ ਕੁਝ ਕਹਿੰਦੇ ਮਹਾਪੁਰਖ ਕਹਿ ਦਿੰਦੇ ਗੁਰਬਾਣੀ ਇੱਥੇ ਕਹਿ ਰਹੀ ਆ ਵੀ ਜਿੰਨੂੰ ਰੱਬ ਨੇ ਆਪਣਾ ਬਣਾ ਲਿਆ ਉਹ ਧੰਤਾ ਯੋਗ ਮੈਨੇ ਉਸਤਤ ਯੋਗ ਆ ਧੰਦਾਰਤ ਕੀ ਹੋਇਆ ਉਸਤਤ ਯੋਗ ਧਨ ਹੈ ਉਸਤਤ ਯੋਗ ਹੈ ਗੁਰਬਾਣੀ ਨੇ ਕੀਤੀ ਵੀ ਹੈ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹ ਗੁਰੂ ਕੇ ਪਿਆਰੇ ਵੀ ਉਸਤਤਜੋਗ ਹੋ ਜਾਂਦੇ ਐ ਵੀ ਨਹੀਂ ਸੰਤਾਂ ਦੀਆਂ ਤਸਵੀਰਾਂ ਘਰ ਘਰ ਲੱਗੀਆਂ ਹਰ ਮੋਬਾਈਲ 'ਚ ਲੱਗੀਆਂ ਹਰ ਫੋਨ 'ਚ ਲੱਗੀਆਂ ਸਿੱਖਾਂ ਦੇ ਦਿਲ 'ਚ ਲੱਗੀਆਂ ਜਿਹਨੂੰ ਰੱਬ ਨੇ ਆਪਣਾ ਬਣਾ ਲਿਆ ਸਾਰਾ ਸੰਸਾਰ ਉਹਦਾ ਬਣ ਜਾਂਦਾ ਹੈ ਤਾਂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪਣਾ ਲੀਆ ਜੇ ਮਿਲੈ ਵਿਛੜਾ ਕਿਉਂ ਰੋਵਾਨਾ ਪਰ ਜੇ ਕੋਈ ਹਉਮੈ ਕਰੇ ਨਾ ਹੰਕਾਰ ਕਰੇ ਵੀ ਮੈਂ ਆਪਣੀ ਮਿਹਨਤ ਨਾਲ ਰੱਬ ਨੂੰ ਮਿਲ ਲਵਾਂਗਾ ਆਪਣ ਲੀਆ ਜੇ ਮਿਲੈ ਆਪਣੀ ਮਿਹਨਤ ਦੁਆਰਾ ਜੇ ਉਹ ਮਿਲਦਾ ਹੋਵੇ ਹਉਮੈ ਦੁਆਰਾ ਹੰਗਤਾ ਦੁਆਰਾ ਜਾਂ ਆਪਣੇ ਹੱਥ ਦੁਆਰਾ ਬਿਨਾਂ ਗੁਰੂ ਦੀ ਸਿੱਖਿਆ ਤੋਂ ਗੁਰੂ ਦੀ ਸਿੱਖਿਆ ਤੇ ਚੱਲੇ ਨਾ ਆਪਦੇ ਹੱਥ ਆਪਦੀ ਜਿੱਦ ਨਾ ਕਰੀ ਜਾਵੇ ਜਿਵੇਂ ਭਾਈ ਬਾਲੇ ਦੀ ਜਨਮ ਸਾਖੀ ਚ ਇੱਕ ਬੜੀ ਸੋਹਣੀ ਸਾਖੀ ਅੰਕਿਤ ਕੀਤੀ ਮਹਾਰਾਜ ਜੀ ਰਾਜੇ ਜਨਕ ਦਾ ਜ਼ਿਕਰ ਆਉਂਦਾ ਹੈ ਜਨਕ ਸਾਹਿਬ ਸੈਰ ਕਰਨ ਜਾਂਦੇ ਨੇ ਵਿਦੇਹੀ ਜਨਕ ਬ੍ਰਹਮ ਗਿਆਨੀ ਜਨਕ ਤਾਂ ਮਹਾਰਾਜ ਜੀ ਜਦੋਂ ਸੈਰ ਕਰ ਜਾਂਦੇ ਉਹ ਦੇਖਦੇ ਕਿ ਬਾਹਰ ਇੱਕ ਸੱਜਣ ਨਦੀ 'ਚ ਖਲੋਤਾ ਹੈ ਹੁਣ ਇਹ ਗਿਆਨਮਾਨ ਸਨ ਇਹਨਾਂ ਨੂੰ ਪਤਾ ਸੀ ਵੀ ਇਸ ਚੀਜ਼ ਦਾ ਬਹੁਤਾ ਫਾਇਦਾ ਨਹੀਂ ਜਲਦਾ ਤੇ ਇੰਨਾ ਖਲਾਬ ਹੈ ਵੀ ਇਸ਼ਨਾਨ ਹੋ ਜਾਂਦਾ ਸਰੀਰ 네ਗੇਟਿਵ એનર્ਜੀ ਪਾਸੇ ਹੋ ਜਾਂਦੀ ਪੋਜ਼ਿਟਿਵ એનર્ਜੀ ਕ੍ਰਾਂਤੀ ਆ ਜਾਂਦੀ ਜਿੰਨਾ ਮਰਜੀ ਥੱਕਿਆ ਟੁੱਟਿਆ ਹੋਵੇ ਸਿਰ ਤੇ ਪਾਣੀ ਪਾ ਜੇ ਇਸ਼ਨਾਨ ਕਰ ਲਿਆ ਚੁਸਤ ਫੁਰਤ ਹੋ ਜਾਂਦਾ ਹੈ ਤਰੋ ਤਾਜ਼ਾ ਹੋ ਜਾਂਦਾ ਹੈ 네ਗੇਟਿਵ ਜਿਹੜੀ ਊਰਜਾ ਉਪਾਸੇ ਹੋ ਜਾਂਦੀ ਅਰੇ ਪਾਣੀ ਜੀ ਖਲੋਤਾ ਹੈ ਖਲੋਤਾ ਹੀ ਰਹਿੰਦਾ ਹੈ ਇਦਾਂ ਕੀ ਹੋਊਗਾ ਜੇ ਇਦਾਂ ਕੁਝ ਹੁੰਦਾ ਖਲੋਤੇ ਰਹਿਣਾ ਪਾਣੀ ਜੀ ਵੜੇ ਰਹਿਣਾ ਤੇ ਡੱਡੂ ساری ਉਮਰ ਪਾਣੀ ਚ ਉਹ ਤਾਂ ਬਾਹਰ ਆ ਜਾਂਦਾ ਮੱਛੀ ਆਉਂਦੀ ਨਹੀਂ ਸੁਆਸ ਸੁਆਸ ਪਾਣੀ ਚ ਜੰਮਦੀ ਪਾਣੀ ਚ ਮਰਦੀ ਪਾਣੀ ਚ ਤਾਂ ਉਹਨਾਂ ਆਖਿਆ ਭਾਈ ਤੂੰ ਇਹ ਨਾ ਕਰ ਪਰ ਉਹ ਜਿੱਦੀ ਕਿਸਮ ਦਾ ਆਦਮੀ ਸੀ ਹਠੀ ਕਿਸਮ ਦਾ ਆਦਮੀ ਸੀ ਤਪਸਵੀ ਸੀ ਸਰੀਰਕ ਤਾਪ ਕਰਦਾ ਸੀ ਜਿਹਨੂੰ ਆਪਣੇ ਤਮੋ ਗੁਣੀ ਤਾਪ ਕਹਿੰਦੇ ਹਨ ਇੱਕ ਹੁੰਦਾ ਤਮੋ ਗੁਣੀ ਤਾਪ ਮੈਨੇ ਸਰੀਰ ਨੂੰ ਕਸ਼ਟ ਦੇਣਾ ਇਕ ਹੁੰਦਾ ਰਜੋਗੁਣੀ ਤਾਪ ਮੈਨੇ ਇੰਦਰੀਆਂ ਨੂੰ ਕਸ਼ਟ ਦੇਣਾ ਇਕ ਹੁੰਦਾ ਸਭ ਤੋਂ ਉਤਮ ਸਤੋਗੁਣੀ ਤਾਪ ਮੈਨੇ ਮਨ ਨੂੰ ਮੋੜ-ਮੋੜ ਕੇ ਲਿਆ ਕੇ ਜੋੜਨਾ ਤਾਂ ਗੁਰਮਤਿ ਨੇ ਤਮੋਗੁਣੀ ਤਾਪ ਨਹੀਂ ਮੰਨਿਆ ਗੁਰਮਤਿ ਨੇ ਸਿਰਫ ਇਸ਼ਨਾਨ ਮੰਨਿਆ ਹੈ ਸੇਵਾ ਮੰਨੀ ਹੈ ਭਾਂਡੇ ਮਾਂਜਣੇ ਝਾੜੂ ਦੇਣਾ ਲੰਗਰ ਪਕਾਉਣਾ ਇਹੀ ਸਾਡਾ ਤਾਪ ਗੁਰਸੇਵਾ ਤਪਾਂ ਸਿਰ ਤਪਸਾਰ ਤੇ ਕਈ ਤੇ ਹੁਣ ਵਿਚਾਰੇ ਬਹੁਤੇ ਹੀ ਮੇਰੇ ਵਰਗੇ ਉਹ ਤਾਂ ਨਹਾ ਕੇ ਵੀ ਰਾਜੀ ਨਹੀਂ ਉਹ ਕਹਿੰਦੇ ਗੁਰਮਤ ਨੇ ਨਹਾਉਣਾ ਹੀ ਕਿਉਂ ਮੰਨ ਲਿਆ ਹੈ ਹੁਣ ਇਹਨਾਂ ਦਾ ਕੀ ਕਰਾਂਗੇ ਇਹ ਨਹੀਂ ਮੈਨੂੰ ਪਤਾ ਕਈ ਤਾਂ ਅੰਮ੍ਰਿਤ ਵੇਲੇ ਉੱਠ ਕੇ ਰਾਜੀ ਨਹੀਂ ਸਿਮਰਨ ਕਰਕੇ ਰਾਜੀ ਨਹੀਂ ਉਹ ਉਹ ਇਹਨੂੰ ਵੀ ਤਾਪ ਹੀ ਸਮਝੀ ਬੈਠੇ ਰਹੇ ਜਿਹੜੀ ਭਗਤੀ ਸੀ ਉਹਨੂੰ ਇਹਨਾਂ ਨੇ ਤਾਪ ਬਣਾ ਲਿਆ ਹੈ ਤਾਂ ਉਹ ਤਾਪ ਕਰਦਾ ਸਰੀਰ ਨੂੰ ਦੁੱਖ ਦਿੰਦਾ ਤਾਂ ਦੂਸਰੀ ਵਾਰੀ ਫੇਰ ਆਏ ਉਹਨੂੰ ਕਹਿੰਦੇ ਭਾਈ ਵਰਮੀ ਮਾਰੀ ਸਾਪ ਨਾ ਮਰੀ ਵਰਮੀ ਜਿੰਨੀ ਮਰਜੀ ਕੁੱਟੀ ਜਾਈਏ ਸੱਪ ਨਹੀਂ ਮਰਦਾ ਸੱਪ ਬੜਾ ਡੂੰਗਾ ਹੈ ਤੂੰ ਬਾਹਰੋਂ ਵਰਮੀ ਕੁੱਟੀ ਜਾਣਾ ਮਿੱਟੀ ਕੁੱਟੀ ਜਾਣਾ ਮਾਨ ਕਹਿੰਦੇ ਤੇਰੇ ਸਰੀਰ ਦੇ ਅੰਦਰ ਆ ਤੂੰ ਬਾਹਰੋਂ ਸਰੀਰ ਨੂੰ ਦੁੱਖ ਦੇਈ ਜਾਣਾ ਕੋਈ ਫਰਕ ਨਹੀਂ ਪੈਂਦਾ ਵਰਮੀ ਕੁੱਟੀ ਜਾਵੇ ਸੱਪ ਮਰਿਆ ਜੇ ਤੱਕ ਗੁਰਬਾਣੀ 'ਚ ਲਿਖਿਆ ਨਾ ਵਰਮੀ ਮਾਰੀ ਸੱਪ ਨਾ ਮਰੇ ਤਾਂ ਉਹ ਕਹਿੰਦੇ ਵਰਮੀ ਕੁੱਟਿਆਂ ਸੱਪ ਨਹੀਂ ਮਰਦਾ ਹੁੰਦਾ ਕਹਿੰਦਾ 7 ਵਜੇ ਜੀ ਪਰ ਉਹ ਸੁਭਾਅ ਸੀ ਹਠੀ ਸੁਭਾਅ ਸੀ ਜਿੱਦੀ ਸੁਭਾਅ ਸੀ ਗੁਰੂ ਤੋਂ ਬਿਨਾ ਹੱਠ ਵੀ ਬੰਦੇ ਨੂੰ ਲੈ ਕੇ ਵਹਿ ਜਾਂਦਾ ਤਾਂ ਫੇਰ ਆਏ ਕੁਝ ਦਿਨਾਂ ਬਾਅਦ ਤਾਂ ਫੇਰ ਉਹਨਾਂ ਦੇ ਮਨ ਚ ਬਧੋ ਬਦੀ ਇੱਕ ਆਵਾਜ਼ ਇੱਕ ਬਚਨ ਨਿਕਲੇ ਗਿਆ ਜਪਾਨ ਚ ਵੀ ਇਹ ਬੰਦਾ ਕਿੱਦਾਂ ਦਾ ਵਾ ਕਿੰਨਾ ਸਮਝਾਉਣਾ ਇਹ ਨੂੰ ਵੀ ਚੌਂਕੜਾ ਮਾਰ ਕੇ ਨਾਮ ਜਪ ਹੱਥਾਂ ਨਾਲ ਸੰਗਤ ਦੀ ਸੇਵਾ ਕਰ ਇਹ ਕੀ ਕਰਦਾ ਪਾਣੀ ਜੀ ਖਲੋਤਾ ਰਹਿੰਦਾ ਹੈ ਤਾਂਕ ਮਾਪੁਰਖ ਕੀ ਕਹਿਣ ਲੱਗੇ ਰਾਜਾ ਜਨਕ ਸਾਹਿਬ ਵੀ ਜਿਹੋ ਜੀ ਮਨ ਦੀ ਵਾਸ਼ਨਾ ਉਹੋ ਜੇ ਅਗਲਾ ਸਰੀਰ ਵੀ ਪਾਣੀ ਦਾ ਪ੍ਰੇਮ ਹੈ ਤਾਂ ਫਿਰ ਮਾਛੀ ਬਣੇਗਾ ਤਾਂ ਫਿਰ ਉਹ ਏਡਾ ਵੱਡਾ ਤਪਸਵੀ ਸੀ ਇੰਨਾ ਤਪ ਕਰਨ ਦੇ ਬਾਅਦ ਯੋਧ ਵੀ ਉਹ ਮਾਛੀ ਬਣਿਆ ਤੇ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਭਾਈ ਬਾਲੇ ਮਰਦਾਨੇ ਨੂੰ ਕਹਿੰਦੇ ਉਹਦੇ ਉੱਤੇ ਆਪਾਂ ਤੁਰੇ ਜਾਂਦੇ ਆਂ ਉਧਾ ਪਲਾ ਕਰਾਂਗੇ ਉਧਾਰ ਕਰਾਂਗੇ ਤਾਰਾਂਗੇ ਉਹਨੇ ਸੋ ਰੋ ਵਿਚਾਰ ਤਾਂ ਮਹਾਰਾਜ ਕਹਿੰਦੇ ਜੇ ਆਪਣੇ ਉਦਮ ਕਰਕੇ ਆਪਣੀ ਹਿੰਮਤ ਕਰਕੇ ਆਪਣੀ ਮਿਹਨਤ ਦੀ ਹੌਮੇ ਕਰਕੇ ਪਰਮਾਤਮਾ ਮਿਲਦਾ ਹੋਵੇ ਤਾਂ ਫਿਰ ਤਾਂ ਸਾਰੇ ਹੀ ਪ੍ਰਾਪਤ ਕਰ ਲੈਂਦੇ ਇਹ ਮਿਲਦਾ ਕਿਦਾਂ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਤਰਸ ਨਾਲ ਗੁਰੂ ਦੇ ਸਿਧਾਂਤ ਨਾਲ ਜਿਵੇਂ ਗੁਰਬਾਣੀ ਕਹਿੰਦੀ ਘਾਲ ਨਾ ਮਿਲਿਓ ਸ਼ੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਆਪਣੀ ਮਿਹਨਤ ਦੀ ਹਉਮੈ ਨਾਲ ਇਸ ਦੀ ਵਿਆਖਿਆ ਤੇ ਬੜੀ ਲੰਬੀ ਹੈ ਦੂਸਰੇ ਬਨੇ ਗੁਰਬਾਣੀ ਕਹਿੰਦੀ ਹੈ ਮਹਾਰਾਜ ਜੀ ਕਹਿੰਦੇ ਹਨ ਸੁਗੁਣੀ ਸਾਹਿਬ ਕਹਿੰਦਾ ਹੈ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤੋ ਉਹ ਤ ਨਿਹਾਰ ਇਹ ਵੀ ਨਾਲ ਹੀ ਪਰ ਇਹਦੀ ਵਿਆਖਿਆ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਵਿਆਖਿਆ ਬੜੀ ਲੰਬੀ ਤਾਂ ਇਹ ਜਿੰਨੀ ਵਿਚਾਰ ਹੈ ਗੁਰਬਾਣੀ ਕਿਤੇ ਕਹਿੰਦੀ ਨਾਮ ਜਪੋ ਸੇਵਾ ਕਰੋ ਭਗਤੀ ਕਰੋ ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆ ਆਪਣੀ ਮਿਹਨਤ ਨਾਲ ਨਹੀਂ ਮਿਲਦਾ ਹੁੰਦਾ ਇਹਦਾ ਜਵਾਬ ਕੀ ਹੈ ਵੀ ਜਿਹੜੀ ਨਾਮ ਸੇਵਾ ਦਾ ਅਸੀਂ ਹੰਕਾਰ ਕਰ ਲਿਆ ਉਹਦੇ ਨਾਲ ਨਹੀਂ ਪ੍ਰਾਪਤ ਹੁੰਦਾ ਜਦੋਂ ਅਸੀਂ ਨਾਮ ਸੇਵਾ ਕਰਕੇ ਕਹਿੰਨੇ ਵੀ ਗੁਰੂ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ ਉਹਦੀ ਬਰਕਤ ਨਾਲ ਹੋ ਰਿਹਾ ਹੈ ਕਹਤੋ ਸੀ ਇਹ ਨੋਟ ਵੀ ਕਰੋਗੇ ਇਹ ਜਿੰਨਾ ਨਾਮ ਜਪਣਾ ਚਾਹੁੰਦੇ ਉਹਨਾਂ ਦੇ ਜਪਿਆ ਹੀ ਨਹੀਂ ਜਾਂਦਾ ਜਿੰਨੇ ਬਾਣੀ ਪੜਨੀ ਚਾਹੀਦੀ ਉਹ ਨਹੀਂ ਤੇ ਪੜਦੇ ਹੀ ਨਹੀਂ ਸੇਵਾ ਜਿੰਨੀ ਕਰਨੀ ਚਾਹੀਦੀ ਉਹ ਨਹੀਂ ਤੇ ਕਰਦੇ ਹੀ ਨਹੀਂ ਇਹਦਾ ਮਤਲਬ ਵੀ ਪਿੱਛੇ ਅਜੇ ਕਿਰਪਾ ਨਹੀਂ ਜਦੋਂ ਕਿਰਪਾ ਹੋ ਗਈ ਤਾਂ ਫਿਰ ਨਾਮ ਵੀ ਉਹ ਆਪ ਹੀ ਜਪਾਉਂਦਾ ਆਪ ਜਪਾਏ ਜਪਐ ਸੋ ਨਾਮ ਆਪ ਗਾਵਾਏ ਸੋ ਹਰ ਗੁਣ ਗਾ ਤਾਂ ਇਹ ਜਿੰਨੀ ਵਿਚਾਰ ਇਹਦਾ ਨਿਚੋੜ ਕੀ ਹੈ ਕਿ ਜਿਹੜੀ ਵਿਹਾਰਕ ਵਸਤੂ ਹੁੰਦੀ ਉਹ ਸਾਧਕ ਬਾਧਕ ਹੁੰਦੀ ਹੈ ਤੇ ਜਿਹੜੀ ਪਰਮਾਰਥਕ ਵਸਤੂ ਹੁੰਦੀ ਉਹ ਸਾਧਕ ਬਾਧਕ ਕੁਝ ਨਹੀਂ ਹੁੰਦੀ ਇਹਦਾ ਨਿਚੋੜ ਇਹੀ ਹੈ ਬਸ ਤਾਂ ਪਰਮਾਰਥਕ ਵਸਤੂ ਕੀ ਆ ਪ੍ਰਮਾਤਮਾ ਉਹਦੇ ਵਿੱਚ ਸਾਧਕ ਬਾਧਕ ਨਹੀਂ ਹੁੰਦਾ ਵੀ ਮੈਂ ਆ ਕਰ ਲਵਾਂ ਤੇ ਮੈਨੂੰ ਮਿਲ ਜਾਊਗਾ ਆ ਨਾ ਕੀਤਾ ਤੇ ਨਹੀਂ ਮਿਲੂਗਾ ਦੁਨਿਆਵੀ ਵਸਤੂ ਜਿਹੜੀ ਵਿਹਾਰਕ ਵਸਤੂ ਹੁੰਦੀ ਉਹਦੇ 'ਚ ਸਾਧਕ ਬਾਧਕ ਹੁੰਦਾ ਵਾ ਪੀ ਜੇ ਤੁਸੀਂ ਖੰਡ-ਖੰਡ ਕਈ ਜਾਓਗੇ ਤੇ ਇਦਾਂ ਮੂੰਹ ਮਿੱਠੇ ਨਹੀਂ ਹੁੰਦੇ ਜਾ ਕੇ ਬਾਜ਼ਾਰੋਂ ਲੈ ਕੇ ਆ। ਵਹਵਾਰਕ ਆ ਨਾ ਵਹਵਾਰਕ ਵਿੱਚ ਸਾਧਕ ਬਾਦਕ ਹੁੰਦਾ। ਇਹ ਕਰਨਾ ਤੇ ਪ੍ਰਾਪਤ ਹੋਣਾ। ਪਰ ਪਰਮਾਰਥ ਵਿੱਚ ਸਾਧਕ ਬਾਦਕ ਕੁਝ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮਿਲਦਾ। ਪਰਮਾਤਮਾ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਸਾਦੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਕਦੋਂ ਪ੍ਰਾਪਤ ਹੁੰਦਾ ਹੈ ਆਪਣੀ ਹਉਮੈ ਨਾਲ ਨਹੀਂ ਤਾਂ ਫਿਰ ਮਹਾਰਾਜ ਜਵਾਬ ਦਿੰਦੇ ਜਦੋਂ ਸਾਧੂ ਦਾ ਸੰਗ ਹੋਵੇ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਗੁਰੂ ਤੋਂ ਪੁੱਛ ਕੇ ਚੱਲੇ ਗੁਰੂ ਜੋ ਸਾਧਨਾ ਦੱਸੇ ਬਸ ਉਹ ਕਰੇ ਫਿਰ ਉਹਦੀ ਪ੍ਰਾਪਤੀ ਹੁੰਦੀ ਤਾਂ ਸਾਧੂ ਸੰਗ ਸਾਧੂਆਂ ਦੇ ਸੰਗ ਚੋਂ ਪ੍ਰਾਪਤ ਹੁੰਦਾ ਹੈ ਧੰਨ ਬਾਬਾ ਜਵਾਰਦਾਸ ਜੀ ਮਹਾਰਾਜ ਕਿੱਡੇ ਵੱਡੇ ਬ੍ਰਹਮ ਗਿਆਨੀ ਮਹਾਤਮਾ ਸਨ ਸਾਧੂ ਸੰਗ ਪ੍ਰਾਪਤ ਗੁਰਬਾਣੀ ਨੇ ਮੋਹਰ ਲਾਤੀ ਹੈ ਸਾਧ 90% ਗੁਰਬਾਣੀ ਵਿੱਚ 90 ਕੀ 99% ਗੁਰਬਾਣੀ ਵਿੱਚ ਸਾਧ ਸ਼ਬਦ ਨਾਮ ਜਪਣ ਵਾਲਿਆਂ ਵਾਸਤੇ ਤੇ 2% ਗੁਰੂ ਵਾਸਤੇ ਵੀ ਆ ਤੇ ਪ੍ਰਮਾਤਮਾ ਵਾਸਤੇ ਕਿੰਨੀ ਮਹਾਰਾਜ ਦੀ ਕਿਰਪਾ ਹੋਵੇਗੀ ਸਾਧੂ ਕਹਿੰਦੇ ਕਿੰਨੂ ਆ ਮਨ ਅਸਾਧ ਸਾਦੇ ਜਨ ਕੋ ਜਿਹੜਾ ਮਨ ਟਿਕਣ ਨਹੀਂ ਨਾ ਦਿੰਦਾ ਜਿਹੜਾ ਮਨ ਸਾਰੀ ਦੁਨੀਆ ਨੂੰ ਨਚਾਉਂਦਾ ਫਿਰਦਾ ਹੈ ਉਸ ਮਨ ਨੂੰ ਜਿਹੜਾ ਜਿੱਤ ਲੇ ਸਾਧੂ ਤੇ ਬਾਬਾ ਜੀ ਨੇ ਇੱਕ ਤਰੀਕਾ ਲੱਭਿਆ ਸੀ ਉਹਨਾਂ ਦਾ ਤਰੀਕਾ ਗੁਰਬਾਣੀ ਦੇ ਵਿੱਚੋਂ ਸੀ ਜਦੋਂ ਜਵਾਨੀ ਚੜੀ ਨਾ ਸੋਹਣੇ ਬੜੇ ਸੀ ਰੰਗ ਬੜਾ ਕਹਿੰਦੇ ਮੂੰਹ ਦਾ ਲਾਲ ਰਹਿੰਦਾ ਹੁੰਦਾ ਸੀ ਜਵਾਨ ਬੜੇ ਸੋਹਣੇ ਬੜੇ ਬਲ ਬੜਾ ਤੇ ਜਵਾਨੀ ਵੱਲ ਸੁੰਦਰਤਾ ਵੱਲ ਵਕਾਰ ਖਿੱਚਿਆ ਆਉਂਦਾ ਹੈ ਇੱਕ ਪਿੰਡ ਦੀ ਮਾਈ ਉਹਦਾ ਮਨ 모ਇਆ ਗਿਆ ਉਹ ਮਾੜੀ ਭਾਵਨਾ ਲੈ ਕੇ ਹੁਣ ਘਰ ਚ ਕੱਲੇ ਰਹਿੰਦੇ ਸੀ ਪਿੰਡ ਚ ਸੂਸਾਂ ਚ ਕੱਲੇ ਰਹਿੰਦੇ ਸੀ ਮਾਤਾ ਪਿਤਾ ਚੜਾਈ ਕਰ ਗਏ ਭੈਣ ਦਾ ਵਿਆਹ ਮਾਨਕੋ ਕਰ ਦਿੱਤਾ ਤੇ ਭਰਾ ਵੀ ਚੜਾਈ ਕਰ ਗਿਆ ਕੱਲੇ ਰਹਿ ਗਏ ਘਰ ਚ ਛੱਟ ਬੜੀ ਲੱਗੀ ਵਰਾਗੀ ਹੋ ਗਏ ਸੋਹਣੇ ਬੜੇ ਇੱਕ ਮਾਤਾ ਇੱਕ ਮਾਈ ਮਾੜੀ ਭਾਵਨਾ ਧਾਰ ਕੇ ਘਰ ਚ ਇਕੱਲੇ ਬੈਠੇ ਸੀ ਮੰਜੀ ਤੇ ਆਣ ਕੇ ਲਾਗੇ ਬੈ ਗਈ। ਉਹਦਾ ਗੱਲਬਾਤ ਦਾ ਤਰੀਕਾ ਇਦਾਂ ਸੀ ਵੀ ਸੰਤਾਂ ਨੂੰ ਆਪਣੇ ਮਾਈ ਕਿੰਦਰਜਾਲ ਚ ਫਸਾਉਣਾ ਚਾਹੁੰਦੀ ਸੀ। ਤੇ ਸੰਤਾਂ ਤੇ ਕੁਦਰਤੀ ਰੱਬ ਦੀ ਕਿਰਪਾ ਸੀ ਜਿੰਨੂੰ ਪੂਰਨ ਪਦ ਤੱਕ ਪਹੁੰਚਾਉਣਾ ਹੁੰਦਾ ਵਾ ਫਿਰ ਉਹ ਤੇ ਰੱਬ ਮੇਰ ਰੱਖਦਾ ਹੀ ਹੈ ਬਚਾ ਕੇ ਰੱਖਦਾ। ਰਹੂ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ ਉਹਨੂੰ ਕਹਿੰਦੇ ਤੂੰ ਬਹਿ ਇੱਥੇ ਘਰ 'ਚ ਉਹਨੂੰ ਬਿਠਾ ਕੇ ਦਰਵਾਜ਼ੇ ਖੁੱਲੇ ਸਮਾਨ ਪਿਆ ਬਿਸਤਰੇ ਪੇਟੀਆਂ ਘਰ 'ਚ ਜੋ ਸਮਾਨ ਹੁੰਦਾ ਸਾਰਾ ਪਿਆ ਕੱਪੜਾ ਲੀੜਾ ਅੰਨ ਦਾਣਾ ਪੈਸਾ ਉਹਨੂੰ ਕਹਿੰਦੇ ਬਹਿ ਇੱਥੇ ਮੈਂ ਆਇਆ ਇਹੋ ਜਾਂ ਉਹਨੂੰ ਘਰੇ ਵਹਾ ਕੇ ਗਏ ساری ਉਮਰ ਉਸ ਘਰ ਚ ਹੀ ਨਹੀਂ ਬੜੇ ਬੱਚ ਜਿਹੜਾ ਪਿੰਡ ਵਾਲਾ ਘਰ ਸੀ ਬਾਬਾ ਜੀ ਤੇ ਆ ਜਿੱਥੇ ਨਿੱਜੀ ਜ਼ਮੀਨ ਆ ਇੱਥੇ ਆਣ ਕੇ ਛਪਰੀ ਪਾ ਕੇ ਬਹਿ ਗਏ ਹੁਣ ਸਾਧੂ ਸੰਗਪ੍ਰਾਪਤੇ ਬੜਾ ਯਤਨ ਕੀਤਾ ਪਰ ਮਾਨਾ ਜਿੱਤਿਆ ਜਾਵੇ ਤਾਂ ਭਾਈ ਜਿਹੜਾ ਸਧਨਾ ਸਾਹਿਬ ਹੋਏ ਨੇ ਸਧਾਨਾ ਸਾਹਿਬ ਹੋਏ ਨੇ ਉਦਾਸੀ ਸੰਤੋਨਾਂ ਪਾਸ ਚਲੇਗੇ ਕਿਸੇ ਨੇ ਦੱਸਿਆ ਉਹ ਪੂਰਨ ਸੰਤ ਉਹਨਾਂ ਕੋਲੇ ਚਲੇ ਜਾ ਤਾਂ ਫੇਰ ਸਾਧਨਾ ਕੀਤੀ ਕਮਾਈ ਕੀਤੀ ਤਾਂ ਫੇਰ ਇੱਕ ਵਾਰੀ ਇੱਥੇ ਗੱਲ ਚੱਲੀ ਵੀ ਕਾਮ ਕ੍ਰੋਧ ਤਾਂ ਸਾਰੇ ਸਰੀਰਾਂ 'ਚ ਹੁੰਦੇ ਆ ਕਹਿੰਦੇ ਹਾਂ ਸਾਰਿਆਂ 'ਚ ਹੀ ਹੁੰਦੇ ਇਹ ਕਿਹੜੀ ਗੱਲ ਹੈ ਕਾਮ ਕ੍ਰੋਧ ਤੋਂ ਬਿਨਾ ਕੌਣ ਹੈ ਸਾਰੇ ਸਰੀਰੀ ਕਾਮ ਕ੍ਰੋਧੇ ਸੀ ਤਾਂ ਸਰੀਰ ਮਿਲਿਆ ਸਰੀਰ ਬਣਿਆ ਤਾਂ ਫੇਰ ਉਹ ਹੈਰਾਨ ਹੋ ਗਏ ਸੰਗਤ ਨੇ ਪੁੱਛਿਆ ਫਿਰ ਬਾਬਾ ਜੀ ਤੁਸੀਂ ਕਿਦਾਂ ਜਿੱਤੇ ਤਾਂ ਉਹਨਾਂ ਨੇ ਇੱਕ ਪੰਗਤੀ ਪੜ੍ਹੇ ਹਾਂ ਤਿਸ ਘੋਲ ਕਮਾਇਆ ਥੋੜਾ ਸਭੈ ਥੋੜਾ ਹੀ ਖਾਵੇ ਕਹਿੰਦੇ ਮੇਰੀ ਸਾਧਨਾ ਇਹ ਹੈ ਕਿ ਜੇ ਵਕਾਰ ਜਿੱਤਣੇ ਆ ਕਾਮ ਕ੍ਰੋਧ ਤਾਂ ਫਿਰ ਸਰੀਰ ਨੂੰ ਵੇਲਾ ਨਾ ਛੱਡੋ ਵੇਲਾ ਨਾ ਰਹਿਣ ਦਿਓ ਸਰੀਰ ਦਾ ਤੇ ਉਹਨਾਂ ਹੀ ਖਾਣਾ ਜਿੰਨੇ ਕਨਾ ਸਰੀਰ ਚੱਲਦਾ ਰਵੇ ਤੇ ਮਨ ਨਾਲ ਨਾਮ ਜੱਪੀ ਚੱਲੋ ਕਹਿੰਦੇ ਮੈਂ ਤਾਂ ਇਸੇ ਸਾਧਨਾ ਹਾਂ ਤੇ ਸਿਖੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਸੁਪਨੇ ਬੇਦਨਾ ਦੇਈ ਝਰਨਾ ਤਿਸ ਪਾ ਖੰਡੀ ਜਰਾ ਨਾ ਮਰਣਾ ਐਸੀ ਕਿਰਪਾ ਸੀ ਮਹਾਰਾਜ ਦੀ ਉਹਨਾਂ ਉੱਤੇ ਤਾ ਸਤਿਗੁਰੂ ਕੀ ਕਹਿੰਦੇ ਸਾਧੂ ਸੰਗ ਪ੍ਰਾਪਤ ਜਦੋਂ ਮਿਲਦਾ ਹੈ ਗੁਰੂ ਕੋਲੋਂ ਮਿਲਦਾ ਜਾਂ ਸੰਤਾਂ ਦੇ ਸੰਗ ਵਿੱਚੋਂ ਉਹਦੀ ਪ੍ਰਾਪਤੀ ਪ੍ਰਭੂ ਪਰਵੇਸ਼ਰ ਦੀ ਹੁੰਦੀ ਹੈ ਤੇ ਫਿਰ ਉਹ ਉਸ ਦੇ ਮਲਾਪ ਦੇ ਆਨੰਦ ਨੂੰ ਮਾਣਦੇ ਹਨ ਹਰ ਜੀਠ ਰੰਗੀਲਾ ਤਿਸਤਨੀ ਜਿਸ ਕਾ ਭਾਗ ਮਥਾਨਾ ਜਿਹੜਾ ਹਰੀ ਪਰਮਾਤਮਾ ਰੰਗੀਲਾ ਆਨੰਦ ਸਰੂਪ ਆਨੰਦੀ ਹੈ ਆਨੰਦੀ ਆਨੰਦ ਹੈ ਦੁੱਖ ਹੈ ਹੀ ਨਹੀਂ ਆਨੰਦ ਸਰੂਪ ਪਰਮਾਤਮਾ ਐਸਾ ਜਿਹੜਾ ਧਨੀ ਪਤੀ ਹੈ ਮਾਲਕ ਐ ਸੋ ਹੈ ਉਹ ਜੇਠ ਦੇ ਮਹੀਨੇ ਚ ਜਿੰਨੂੰ ਪ੍ਰਾਪਤ ਹੋ ਗਿਆ ਹੈ ਜਿਹੜਾ ਜੇਠ ਦੇ ਮਹੀਨੇ ਚ ਆਨੰਦ ਸਰੂਪ ਰੰਗੀਲੇ ਪ੍ਰਮਾਤਮਾ ਨਾਲ ਜੁੜ ਗਿਆ ਤਾਂ ਮਹਾਰਾਜ ਕਹਿੰਦੇ ਉਹਦੇ ਵੱਡੇ ਭਾਗ ਨੇ ਉਹ ਭਾਗਾ ਵਾਲਾ ਹੈ ਉਹਦਾ ਆਇਆ ਹੋਇਆ ਸੰਸਾਰ ਦੇ ਵਿੱਚ ਸਫਲਾ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਪ ਸਾਰੀਆਂ ਸੰਗਤਾਂ ਦਾ ਮਹਾਂਪੁਰਸ਼ਾਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਵੱਲੋਂ ਸਮੂਚੀਆਂ ਹੀ ਸੰਗਤਾਂ ਜਿਹੜੀਆਂ ਧੰਨ ਬਾਬਾ ਜਵਾਰਦਾਸ ਜੀ ਦੇ ਪਵਿੱਤਰ ਦਰ ਤੇ ਜੁੜੀਆਂ ਨੇ ਜਿਨ੍ਹਾਂ ਸੰਗਤਾਂ ਨੇ ਅਖੰਡ ਪਾਠ ਸਾਭਾ ਦੀ ਸੇਵਾ ਕਰਵਾਈ ਹੈ ਔਰ ਇਲਾਕਾ ਨਿਵਾਸੀ ਸੰਗਤਾਂ ਸਹਾਇਪੁਰ ਦੇ ਗੁਰਮੁਖ ਪਿਆਰੇ ਭਾਈ ਸਰਬਜੀਤ ਸਿੰਘ ਜੀ ਇੰਗਲੈਂਡ ਨਿਵਾਸੀ ਅਮਰੀਕਾ ਨਿਵਾਸੀ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਵਾਈ ਹੈ ਇਸੇ ਤਰ੍ਹਾਂ ਭਾਈ ਮਨਜੀਤ ਸਿੰਘ ਜੀ ਅਮਰੀਕਾ ਤੋਂ ਜਿਨ੍ਹਾਂ ਨੇ ਪਾਠਾਂ ਦੀ ਸੇਵਾ ਕਰਵਾਈ ਹੈ ਜਿੰਨੇ ਵੀ ਗੁਰਮਖ ਪਿਆਰੇ ਨੇ ਸਾਰਿਆਂ ਦਾ ਧੰਨਵਾਦ ਔਰ ਵਿਸ਼ੇਸ਼ ਕਰਕੇ ਜਿਹੜੇ ਪਿੰਡ ਦੇ ਗੁਰਮਖ ਪਿਆਰੇ ਨੇ ਨਗਰ ਨਿਵਾਸੀ ਪੰਚਾਇਤ ਸਰਦਾਰ ਰਵਿੰਦਰ ਸਿੰਘ ਜੀ ਰਾਜੂ ਸਰਦਾਰ ਰਸ਼ਪਾਲ ਸਿੰਘ ਜੀ ਗੋਨਾ ਜਿਹੜੇ ਹਾਜ਼ਰੀ ਭਰ ਕੇ ਗਏ ਨੇ ਔਰ ਸਰਦਾਰ ਸੁਖਵਿੰਦਰ ਸਿੰਘ ਜੀ ਮਾਸਟਰ ਜੀ ਸਰਦਾਰ ਹਰਦੇਵ ਸਿੰਘ ਜੀ ਸਾਡੇ ਸਤਿਕਾਰਯੋਗ ਪੰਚ ਸਾਬਕਾ ਸਰਪੰਚ ਜਿੰਨੇ ਵੀ ਰਿੰਪਲ ਜੀ ਰੋਬੀ ਜੀ ਸਾਰੀਆਂ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਦਰ ਤੇ ਜੁੜੀਆਂ ਨੇ ਸੇਵਾ ਕਰਦੀਆਂ ਨੇ ਉਤਸ਼ਾਹ ਦੇ ਨਾਲ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਭੁੱਲ ਚੁੱਕ ਦੀ ਖਿਮਾ ਜੀ ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ ਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਤੇ ਸਮਾਪਤੀ ਤੇ ਵੀ ਬੇਨਤੀ ਹੈ ਕਿ ਮਹਾਂਪੁਰਖਾਂ ਵੱਲੋਂ ਕਿ ਇਹ ਜੋੜ ਮੇਲਾ ਚਲੋ ਇਹ ਕੋਈ ਕ੍ਰੂਪੀ ਚੱਲਦੀ ਪਈ ਕੁਦਰਤ ਵੱਲੋਂ ਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਨishan ਸਾਹਿਬ ਦੇ ਚੋਲੇ ਦੀ ਸੇਵਾ ਜਿਹੜੀ ਹੈ ਜੇ ਦਿਨ ਠੀਕ ਹੋ ਜਾਣ ਤਾਂ ਫਿਰ ਸੰਗਤ ਦੀ ਰੈ ਨਾਲ ਅਗਲੀ ਸੇਵਾ ਜਿਹੜੀ ਹੈ ਉਹ ਨਿਭਾਈ ਜਾਵੇਗੀ ਇਹ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਦੀਆਂ ਜੀ ਲੇਖਾ ਕਤੇ ਦਾ ਛੂਟੀ ਹੈ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਸਾਧੂ ਸੰਗਿ ਪ੍ਰਾਪਤੀ ਨਾਨਕ ਰੰਗਮਨੰਨ ਹਰ ਜੀਠ ਰੰਗੀਲਾ ਦਿਸਦਾਨੀ ਜਿਸ ਕੈ ਪਾਗਮ ਤਨ ਵਾਹਿਗੁਰੂ ਜੀ ਕਾ ਖਾਲਸਾ